ਪ੍ਰਗਟੇ ਨਾਨਕ ਰਾਏ, 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 ਪ੍ਰਗਟੇ ਨਾਨਕ ਰਾਏ ਜੀ, ਅੱਜ ਪ੍ਰਗਟੇ ਨਾਨਕ ਰਾਏ, ਪ੍ਰਗਟੇ ਨਾਨਕ ਰਾਏ ਜੀ, ਪ੍ਰਗਟੇ ਨਾਨਕ ਰਾਏ, ਪ੍ਰਗਟੇ ਨਾਨਕ ਰਾਏ ਜੀ, ਅੱਜ ਪ੍ਰਗਟੇ ਨਾਨਕ ਰਾਏ, ਪ੍ਰਗਟੇ ਨਾਨਕ ਰਾਏ, ਅੱਜ ਪ੍ਰਗਟੇ ਨਾਨਕ ਰਾਏ, 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 ਧੰਨ ਗੁਰੂ ਨਾਨਕ, 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 ਗੁਰੂ ਨਾਨਕ, ਧੰਨ 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 ਗੁਰੂ ਨਾਨਕ ਦੇਵ ਸਾਹਿਬ ਜੀ, 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 ਬੇਦੀਆਂ ਦੇ ਪ੍ਰਗਟ ਹੋ ਗਿਆ, ਕਰ ਬੇਦੀਆਂ ਦੇ ਪ੍ਰਗਟ ਹੋ ਗਿਆ, ਪੁੰਨਿਆਂ ਦਾ ਚੰਨ ਬਣ ਕੇ, ਕਰ ਬੇਦੀਆਂ ਦੇ ਪ੍ਰਗਟ ਹੋ ਗਿਆ, ਪੁੰਨਿਆਂ ਦਾ ਚੰਨ ਬਣ ਕੇ, ਕਰ ਬੇਦੀਆਂ ਚੰਨ ਬਣ ਕੇ, ਘਰ ਬੇਦੀਆਂ ਦੇ ਪ੍ਰਗਟ ਹੋ ਗਿਆ, ਪੁੰਨ
ਸਤਿਗੁਰੂ ਨਾਨਕ ਆਏ ਨੇ ਮੇਰੇ, ਸਤਿਗੁਰੂ ਆਏ ਨੇ, ਗੁਰੂ ਨਾਨਕ ਆਏ ਨੇ ਮੇਰੇ, ਗੁਰੂ ਨਾਨਕ ਆਏ ਨੇ ਪਰ ਗਟ ਹੋ ਗਿਆ, ਬੇਦੀਆਂ ਦੇ ਪਰ ਗਟ ਹੋ ਗਿਆ, ਘਰ ਬੇਦੀਆਂ ਦੇ ਪਰ ਗਟ ਹੋ ਗਿਆ, ਘਰ ਬੇਦੀਆਂ ਦੇ ਪਰ ਗਟ ਹੋ ਗਿਆ, ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, ਪ੍ਰਗਟੇ ਨਾਨਕ ਰਾਏ, ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈ ਭੰਗ, ਗੁਰ ਪ੍ਰਸ਼ਾਦ ਜਪ ਆਦ ਸੱਚ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈ ਭੰਗ, ਗੁਰ ਪ੍ਰਸ਼ਾਦ ਜਪ ਆਦ ਸੱਚ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, 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 ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਸਾਹਿਬ ਜੀ, ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ
ਸਾਹਿਬ ਜੀ, ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਸਾਹਿਬ ਜੀ, ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਹੇ ਗੁਰੂ ਸਾਹਿਬ ਜੀ, ਵਾਹਿਗੁਰੂ ਜੀ। ਸਤਿਗੁਰੂ ਨਾਨਕ ਪ੍ਰਗਟਿਆ, ਸਤਿਗੁਰੂ ਨਾਨਕ ਪ੍ਰਗਟਿਆ, ਸਤਿਗੁਰੂ ਨਾਨਕ ਪ੍ਰਗਟਿਆ, ਸਤਿਗੁਰੂ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ ਜੀ, ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰੂ ਨਾਨਕ ਪ੍ਰਗਟਿਆ। ਸਾ ਸਾਰੀ ਸੰਗਤ, ਸਤਿਗੁਰੂ ਨਾਨਕ ਪ੍ਰਗਟਿਆ, ਸਤਿਗੁਰੂ ਨਾਨਕ ਪ੍ਰਗਟਿਆ, ਸਤਿਗੁਰੂ ਨਾਨਕ ਪ੍ਰਗਟਿਆ, ਸਤਿਗੁਰੂ ਨਾਨਕ ਪ੍ਰਗਟਿਆ ਜੀ, ਸਤਿਗੁਰੂ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ ਜੀ, ਸਤਿਗੁਰ ਨਾਨਕ ਪ੍ਰਗਟਿਆ, ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ, ਮਿਟ ਧੁੰਦ ਜਗ ਚਾਨਣ ਹੋਆ, ਮਿਟ ਗਈ ਧੁੰਦ ਜਗ ਚਾਨਣ ਹੋਆ, ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ, ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਜਿਉਂ ਕਰ ਸੂਰਜ ਨਿਕਲਿਆ, ਜਿਉਂ ਕਰ ਸੂਰਜ ਨਿਕਲਿਆ, ਜਿਉਂ ਕਰ ਸੂਰਜ ਨਿਕਲਿਆ, ਕਰ ਸੂਰਜ ਨਿਕਲਿਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛੱਪੇ ਅੰਦੇਰ ਪਲੋਆ, 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 ਰੱਬ ਨਾਨਕ ਬਣ ਕੇ ਆ ਗਿਆ, ਆਪ ਦੁਨੀਆ ਤੇ ਆਇਆ, ਗੁਰੂ ਨਾਨਕ ਵਾਲਾ ਰੂਪ ਧਾਰ ਕੇ, ਸਭ ਆਪ ਦੁਨੀਆ ਤੇ ਆ ਗਿਆ, ਨਾਨਕ ਜੀ ਦਾ ਰੂਪ ਧਾਰ ਕੇ, ਰੱਬ ਆਪ ਦੁਨੀਆ ਤੇ ਆ ਗਿਆ, ਨਾਨਕ ਜੀ ਦਾ ਰੂਪ
ਅਵਤਾਰ ਕੇ ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦੇ ਜਹ ਤਹ ਪਏ ਸਹਾਏ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰ ਅਵਤਾਰ ਜਗ ਮਗ ਜੋਤ ਵਿਰਾਜ ਰਹੀ ਸ਼੍ਰੀ ਅਵ ਚਲ ਲੰਗਰ ਮਜਾਰ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਅੰਤਰਜਾਮੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੇ 11ਵੇਂ ਸਵਰੂਪ ਸ਼ਬਦ ਅਵਤਾਰ ਸਾਰੀ ਦੁਨੀਆਂ ਦੇ ਸਾਂਝੇ ਪ੍ਰਤੱਖ ਸਤਿਗੁਰੂ ਧੰਨ 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 ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਦਰਗਾਹ ਚਰਨਾਂ ਵਿੱਚ ਮਹਾਨ ਸ਼ਹੀਦਾਂ ਦੀ ਪਾਵਨ ਧਰਤੀ ਦੀਆਂ ਹਾਜ਼ਰੀਆਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਦੀ ਖੁਸ਼ੀ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਆਗਮ ਸੁਣਿਆ ਆਪ ਜੀ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਮਹਾਨ ਸ਼ਹੀਦਾਂ ਦੀ ਧਰਤੀ 'ਤੇ ਨਕਮਸਕਤ ਹੋਣ ਦਾ ਨਾਲ ਪੂਰੇ ਗੁਰੂ ਦੀ ਸੰਗਤ ਹਰੀ ਦਾ ਜਸ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਅਕਾਲ ਪੁਰਖ ਅੰਤਰਜਾਮੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬਹਿ ਕੇ ਕਰਨ ਦਾ ਮੌਕਾ ਮਿਲ ਰਿਹਾ ਹੈ। ਤੁਹਾਡੇ ਨਾਲ ਅਰਦਾਸ ਦੇ ਵੀ ਵੱਡੇ ਭਾਗ ਨੇ। ਆਪਾਂ ਰਲ ਮਿਲ ਕੇ ਕੁਛ ਕੁ ਸਮਾਂ ਹਾਜ਼ਰੀ ਭਰਾਂਗੇ, ਗੁਰੂ ਸਾਹਿਬ ਜੀ ਕਿਰਪਾ ਕਰਨਗੇ ਜਿੰਨਾ ਕੁ ਸਮਾਂ ਸੰਗਤ ਆਉਂਦੀ ਹੈ। ਸਭ ਤੋਂ ਵੱਡਾ ਸਤਿਗੁਰੂ ਨਾਨਕ, ਸਭ ਤੋਂ ਵੱਡਾ ਸਤਿਗੁਰੂ ਨਾਨਕ ਹੈ ਤੇ ਸਿੱਖ ਦਾ ਸਭ ਤੋਂ ਵੱਡਾ ਤਿਉਹਾਰ, ਸਭ ਤੋਂ ਵੱਡਾ ਦਿਨ ਵੀ ਅੱਜ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧਰਤੀ ਨਨਕਾਣੇ ਦੀ ਤੈਨੂੰ ਯਾਦ ਕਰੇ ਸਿੱਖ ਤੇਰਾ, ਕਿਤੇ ਵੀ ਬੈਠਾ ਸਿੱਖ ਹੈ, ਹਿਰਦੇ ਵਿੱਚ ਭਾਵਨਾ ਹੈ, ਗੁਰੂ ਨਾਨਕ ਸਾਹਿਬ ਜੀ ਤੁਹਾਡੇ ਜਨਮ ਅਸਥਾਨ ਨੂੰ ਨਮਸਕਾਰ ਹੈ ਮੇਰੀ, ਜਿੱਥੇ ਜਾਏ ਵਹੇ ਮੇਰਾ ਸਤਿਗੁਰੂ। ਆਓ ਆਪਾਂ ਸਾਰੇ ਹੀ ਮੱਥਾ ਟੇਕੀਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਜਿਹੜੀ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਸਾਨੂੰ ਫਤਿਹ ਬਖਸ਼ੀ ਹੈ ਨਾ, ਜਿਹਦੀ ਜ਼ਬਾਨ 'ਚ ਫਤਿਹ ਉਹਦੀ ਹਰ ਮੈਦਾਨ ਵਿੱਚ ਫਤਿਹ। ਜਦੋਂ ਵੀ ਕਿਤੇ ਫਤਿਹ ਗਜਾਉਣ ਦਾ ਮੌਕਾ ਮਿਲੇ ਖੁਸ਼ੀ ਨਾਲ ਗਜਾਓ, ਗਜਾਉਣੀ ਤਾਂ ਹੈ। ਜੇ ਸਾਹਮਣੇ ਸਿੱਖ ਨੂੰ ਸਿੱਖ ਮਿਲਦਾ ਹੈ ਜਿਹੜਾ ਖੁਸ਼ ਹੋ ਕੇ ਫਤਿਹ ਬੁਲਾਉਂਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਜਦੇ ਮੂੰਹ ਕਰ ਲੈਂਦਾ ਉਹਦੇ ਵੱਲ, ਮੈਨੂੰ ਫਤਿਹ ਇੰਨੀ ਪਿਆਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸ਼ਹੀਦਾਂ ਦੀ ਦਰਗਾਹ ਹੈ ਜਿੱਥੇ ਅਕਾਲ ਪੁਰਖ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਹੁੰਦੀ ਹੈ, ਨਾਲ ਗੁਰੂ ਦੇ ਪੀਰਾਂ ਨੂੰ। ਅਸ ਕਿਰਪਾਨ ਖੰਡੋ ਖੜਗ ਤੁਪਕ ਤਵਰੇ ਅਰ ਤੀਰ, ਸਹਿਪ ਸਰੋਹੀ ਸਹਿਥੀ ਇਹ ਹਮਾਰੇ ਪੀਰ, ਤੀਰ ਤੂੰ ਹੀ ਸਹਿਥੀ ਤੂੰ ਹੀ ਤਵਰ ਤਲਵਾਰ, ਨਾਮ ਤਿਉਹਾਰੋ ਜੋ ਜਪੈ ਪਏ ਸਿੰਧ ਪਵ ਪਾਰ। ਸ਼ਸਤਰ ਮਹਾਰਾਜ ਨੇ ਤਖਤਾਂ 'ਤੇ ਵਿਰਾਜਮਾਨ ਕੀਤੇ, ਬਾਬਾ ਹਨੂੰਮਾਨ ਸਿੰਘ ਜੀਆਂ ਦੇ ਤਖ਼ਤ 'ਤੇ
ਜਿੱਥੇ ਗੁਰੂ ਸਾਹਿਬ ਜੀ ਦੇ ਦਰਸ਼ਨ ਹੁੰਦੇ ਨੇ, ਨਾਲ ਗੁਰੂ ਦੇ ਸ਼ਸਤਰਾਂ ਨੂੰ ਨਮਸਕਾਰ ਹੁੰਦੀ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਗੁਰੂ ਨਾਨਕ ਮਹਾਰਾਜ ਜੀ ਦੇ ਆਗਮਨ ਦਿਹਾੜੇ ਪੁਰਬ ਦੀਆਂ ਲੱਖ 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 ਵਧਾਈਆਂ। ਲੱਖ ਲੱਖ ਤਾਂ ਕਹਿਣ ਨੂੰ ਹੀ ਹੈ, ਬਸ ਕਹਿ ਲਓ ਰੋਮ ਰੋਮ ਵਧਾਈਆਂ ਭਾਈ ਤੁਹਾਨੂੰ ਸਾਰਿਆਂ ਨੂੰ। ਅੱਜ ਉਹ ਦਿਨ ਹੈ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸਰੀਰ, ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਨੇ ਨਾਨਕ ਪਾਤਸ਼ਾਹ ਜੀ ਦਾ ਸਰੀਰ ਧਾਰਿਆ ਹੈ। ਜਿਵੇਂ ਅੱਜ ਜਦੋਂ ਸਿਆਣੇ ਕੋਈ ਬਜ਼ੁਰਗ ਗੱਲ ਕਰਦੇ ਨੇ, ਉਹ ਗੱਲ ਕਰਦੇ ਨੇ ਵੀ ਸਮਾਂ ਬੜਾ ਭਿਆਨਕ ਹੈ ਬਾਈ, ਮਾੜਾ ਸਮਾਂ ਚੱਲਦਾ। ਗੁਰੂ ਨਾਨਕ ਮਹਾਰਾਜ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਵੀ ਇਹੀ ਖੇਡ ਵਰਤੀ ਸੀ, ਕੱਲ ਕਾਤੀ ਰਾਜੇ ਕਸਾਈ ਧਰਮ ਉੱਡ ਰਿਹਾ, ਕਹਿੰਦੇ ਧਰਮ ਤਾਂ ਉੱਡ ਗਿਆ ਸੀ ਖੰਭ ਲਾ ਕੇ। ਹਾਲਤ ਕਿੱਦਾਂ ਹੋ ਗਈ ਸੀ? ਕੱਲ ਕਾਤੀ, ਕਾਤੀ ਕੀ ਹੈ? ਆ ਸ਼ਸਤਰ ਪਏ ਨੇ, ਅੱਧਿਆਂ ਦੇ ਨੌ ਸੰਗਤ ਨੂੰ ਨਹੀਂ ਪਤਾ, ਅਸੀਂ ਲੈਣਾ ਕੀ? ਅਸੀਂ ਤਾਂ ਇੰਨੀ ਕੁ ਕਿਰਪਾਨ ਪਾ ਲੈਂਦੇ ਹਾਂ, ਨਾ ਕੇਕ ਵੀ ਨਹੀਂ ਕੱਟ ਸਕਦੀ ਡੋਰੀ ਵਾਲੀ, ਸ਼ਸਤਰ ਜ਼ਿਆਦਾ ਨਹੀਂ ਤਾਂ ਐਡਾ ਕੁ ਤਾਂ। ਕਾਤੀ ਇੱਕ ਸ਼ਸਤਰ ਹੈ ਮਹਾਰਾਜ ਦਾ। ਗੁਰੂ ਨਾਨਕ ਮਹਾਰਾਜ ਕਹਿੰਦੇ ਕੱਲ ਕਲਯੁੱਗ ਦਾ ਸਮਾਂ ਕਾਤੀ ਵਾਂਗੂ ਸੰਸਾਰ ਨੂੰ ਕੱਟੀ ਜਾਂਦਾ ਸੀ, ਧਰਮੀ ਪੁਰਸ਼ਾਂ ਨੂੰ ਚੰਗੇ ਕਰਮਾਂ ਵਾਲਿਆਂ ਨੂੰ ਦਬਾਉਂਦਾ ਸੀ, ਤੇ ਫਿਰ ਉਹ ਉੱਭਰ ਜਾਂਦੇ ਸੀ, ਜਿਹੜੇ ਉੱਭਰ ਜਾਂਦੇ ਸੀ ਉਹ ਧਰਮੀ ਰਹਿ ਜਾਂਦੇ ਸੀ, ਨਹੀਂ ਕਲਯੁਗੀ ਬਣ ਜਾਂਦੇ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੱਲ ਕਾਤੀ ਰਾਜੇ ਕਸਾਈ ਧਰਮ ਕਰ ਪੰਖ ਉੱਡ ਰਿਹਾ ਸੱਚ ਅਮਾਵਸ, ਕਹਿੰਦੇ ਜਿਵੇਂ ਮੱਸਿਆ ਦੀ ਰਾਤ ਨੂੰ ਚੰਦਰਮਾ ਨਹੀਂ ਦਿਖਦਾ, ਇਸੇ ਤਰ੍ਹਾਂ ਸੰਸਾਰ ਵਿੱਚ ਸੱਚ ਨਹੀਂ ਦਿਖਦਾ। ਸੱਚ ਅਮਾਵਸ ਕੂੜ ਚੰਦਰਮਾ ਦਿਸੈ ਨਾਹੀਂ ਕਹਿ ਚੜਿਆ। ਹੁਣ ਚਾਰੇ ਪਾਸੇ ਪਾਪਾਂ ਦੀ ਵਿਕਾਰਾਂ ਦੀ ਧੁੰਦ ਹੈ, ਧਰਤੀ ਨੇ ਪੁਕਾਰ ਕੀਤੀ ਇਹ ਅਕਾਲ ਪੁਰਖ ਵਾਹਿਗੁਰੂ ਭਾਰ ਵੱਧ ਗਿਆ ਮੇਰੇ ਤੇ ਥੋੜਾ ਜਿਹਾ ਘਟਾ ਦੇ। ਭਗਵਾਨ ਕਹਿੰਦੇ ਧਰਤੀ ਕਾਹਦਾ ਭਾਰ ਹੈ? ਆਕਾਸ਼ ਬਿਲਡਿੰਗਾਂ ਛੁੰਦੀਆਂ ਨੇ, ਪਤਾਲ ਤੋਂ ਲੈ ਕੇ ਪਹਾੜ ਆਕਾਸ਼ ਛੁੰਦੇ ਨੇ, ਵੱਡੇ ਵੱਡੇ ਤਰਬਰ ਨੇ, ਦਰਖਤ ਨੇ, ਸਰੋਵਰ ਨੇ, ਕਿਹੜੀ ਚੀਜ਼ ਦਾ ਭਾਰ ਹੈ ਤੈਨੂੰ? ਧਰਤੀ ਕਹਿੰਦੀ ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ। ਭਾਈ ਗੁਰਦਾਸ ਜੀ ਕਹਿੰਦੇ ਧਰਤੀ ਕਹਿੰਦੀ ਮੈਨੂੰ ਭਾਰ ਨਾ ਤਾਂ ਤੇਰੇ ਪਹਾੜਾਂ ਦਾ, ਨਾ ਬਨਸਪਤੀ ਦਾ, ਕਿਸੇ ਚੀਜ਼ ਦਾ ਭਾਰ ਨਹੀਂ। ਅੰਤ ਮੈਂ ਦੱਸਦਿਆਂ ਭਾਰੀ ਭੋਏ ਆ ਕਿਰਤ ਕਣ, ਮੰਦੀ ਹੋ ਮੰਦੇ ਮੰਦੀ ਹੋ ਮੰਦੇ। ਮੈਨੂੰ ਭਾਰ ਪੈ ਗਿਆ ਕਿਹਨਾਂ ਦਾ? ਜਿਹੜੇ ਤੈਨੂੰ ਭੁੱਲੇ ਬੈਠੇ ਨੇ। ਫਿਰ ਅਕਾਲ ਪੁਰਖ ਵਾਹਿਗੁਰੂ ਧਰਤੀ ਨੂੰ ਕਹਿੰਦੇ ਧਰਤੀ ਏ ਮੈਂ ਪਹਿਲਾਂ ਭੇਜੇ ਸੀ 12 ਕਲਾਂ ਦੇ 16 ਕਲਾਂ ਦੇ, ਹੁਣ ਤੂੰ ਚੱਲ ਮੈਂ ਆਪ ਹੀ ਆਊਂਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਵੱਡਾ ਕੰਮ ਹੋਵੇ ਨਾ, ਜਦੋਂ ਛੋਟਾ ਹੋਵੇ, ਅਗਲਾ ਕਹਿੰਦਾ ਜਥੇਦਾਰ ਨੂੰ ਛੋਟੇ ਨੂੰ ਜਾਇਆ ਭਾਈ ਤੂੰ ਕਰਿਆ, ਅਫਸਰ ਕਹਿ ਦਿੰਦਾ ਪੀਏ ਤੂੰ ਹੀ ਕਰਿਆ, ਜੇ ਜ਼ਿਆਦਾ ਛੋਟਾ ਹੋਵੇ ਡਰਾਈਵਰ ਤੂੰ ਹੀ ਕਰਿਆ। ਹੁਣ ਜਿਹੜਾ ਕੰਮ ਐਨ ਅੜਿਆ ਹੋਵੇ ਮੋਰਚਾ, ਫਿਰ ਉਹਨੂੰ ਆਪ ਜਾਣਾ ਪੈਂਦਾ ਹੈ। ਹੁਣ ਅਕਾਲ ਪੁਰਖ ਵਾਹਿਗੁਰੂ ਆਪ ਨਾਰਾਇਣ ਕਲਾ ਧਾਰ, ਨਾਰਾਇਣ ਵਾਹਿਗੁਰੂ ਨੇ ਕਲਾ ਧਾਰੀ ਹੈ ਅਤੇ ਗੁਰੂ ਨਾਨਕ ਜੀ ਦਾ ਸਵਰੂਪ ਬਣਾਇਆ। ਹੁਣ ਮਾਂ ਬਾਪ ਵੀ ਲੱਭਣੇ ਨੇ ਜਿਹਦੇ ਘਰੇ ਰੱਬ ਆਵੇ। ਹੁਣ ਮਾਂ ਬਾਣੀ ਪੜ੍ਹਦੀ ਹੈ ਘਰੇ ਸੂਰਮਾ ਆਊ ਭਗਤ ਆਊ ਦਾਨੀ ਆਊ, ਮਾਂ ਉਧਰ ਵਿੱਚ ਬੱਤਾ ਹੈ ਬੱਚਾ ਹੈ ਨਾਟਕ ਚੇਟਕ ਦੇਖਦੀ ਹੈ, ਟੀਵੀ ਨਾਲ ਪ੍ਰੀਤ ਲੱਗੀ ਹੈ,
ਆ ਫੇਸਬੁੱਕ ਵਟਸਐਪ ਚੱਲਦੇ ਨੇ, ਕਿੰਨਾ ਕੁਛ ਚੱਲਦਾ, ਇਹਨਾਂ 'ਚ ਫਸ ਗਈ ਹੈ। ਇਹ ਸਾਰੀਆਂ ਚੀਜ਼ਾਂ ਦਾ ਅਸਰ ਬੱਚੇ 'ਤੇ ਹੋ ਜਾਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਇੱਦਾਂ ਦੀ ਮਾਂ ਕਿੱਥੋਂ ਲੱਭੀਏ ਜਿਹਦੇ ਘਰੇ ਰੱਬ ਭੇਜਣਾ ਹੋਵੇ, ਰੱਬ ਨੇ ਆਉਣਾ ਹੋਵੇ। ਆਪ ਨਾਰਾਇਣ ਕਲਾਤਾ। ਫਿਰ ਬਾਬਾ ਮਹਿਤਾ ਕਲਿਆਣ ਚੰਦ ਪਟਵਾਰੀ, ਰੱਬ ਨੇ ਆਹ ਦੇਖਿਆ ਵੀ ਆਹ ਪਰਿਵਾਰ ਹੈ। ਇਮਾਨਦਾਰੀ ਨਾਲ ਜੀਵਨ ਬਤੀਤ ਕਰਨ ਵਾਲੇ, ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ, ਆਪਣੇ ਧਰਮ ਵਿੱਚ ਪੱਕੇ ਰਹਿਣ ਵਾਲੇ ਬਾਬਾ ਮਹਿਤਾ ਕਲਿਆਣ ਦਾ ਕਲਿਆਣ ਚੰਦ ਪਟਵਾਰੀ। ਮੈਂ ਸਵੇਰੇ ਕੁੰਬੜੇ ਸੀ ਦੀਵਾਨ, ਉੱਥੇ ਪਹਿਲਾਂ ਮੇਰੇ ਤੋਂ ਬੋਲਦਾ ਸੀ ਕੋਈ, ਕਹਿੰਦੇ ਬਾਬੇ ਕਾਲੂ ਦਾ ਪੁੱਤਰ ਨਾਨਕ। ਬਾਬਾ ਵੀ ਨਹੀਂ ਕਿਹਾ ਉਹਨੇ, ਕਹਿੰਦੇ ਕਾਲੂ ਦਾ ਪੁੱਤਰ ਨਾਨਕ, ਗੁਰੂ ਨਾਨਕ ਸਾਹਿਬ ਜੀ ਦਾ ਪਿਤਾ ਕਾਲੂ। ਮੈਂ ਕਿਹਾ ਆਪਣੇ ਬਾਪ ਦਾ ਨਾਂ ਕਦੇ ਐਂ ਕਿਸੇ ਸਾਹਮਣੇ ਲੈ ਕੇ ਦਿਖਾਈ? ਆਪਣੇ ਬਾਪ ਨੂੰ ਪਤਾ ਕੀ ਕਹਿੰਦਾ, ਸਰਦਾਰ ਬਹਾਦਰ ਫਲਾਣਾ ਸਿੰਘ ਜੀ। ਮੈਂ ਕਿਹਾ ਸਾਡੇ ਬਾਪ ਦਾ ਬਾਪ ਹੈ, ਇਹਦਾ ਕੀ ਨਾਂ ਹੈ ਜੀ? ਬਾਬਾ ਮਹਿਤਾ ਕਲਿਆਣ ਚੰਦ ਪਟਵਾਰੀ, ਤਖੱਲਸ ਹੈ ਪਟਵਾਰੀ, ਨੌਕਰੀ ਕਰਦੇ। ਪ੍ਰਗਟੇ ਨਾਨਕ ਰਾਏ। ਇਹਨਾਂ ਦੇ ਘਰੇ ਫਿਰ ਭਾਗ ਲੱਗਣੇ ਨੇ। 5 ਸਾਲ ਦੀ ਧੀ ਹੈ ਜਿਹਦਾ ਨਾਂ ਹੈ ਨਾਨਕੀ, ਨਾਨਕਿਆਂ 'ਚ ਜੰਮੀ ਹੈ, ਬਹੁਤ ਪਿਆਰੀ ਬੱਚੀ ਹੈ। ਇੱਕ ਦਿਨ ਮਾਂ ਤ੍ਰਿਪਤਾ ਬੈਠੇ ਨੇ, ਬੇਨਤੀ ਕਰ ਦਿੱਤੀ, ਮਾਂ ਸਖੀਆਂ ਖੇਡਦੀਆਂ ਨੇ ਮੇਰੇ ਨਾਲ, ਉਹ ਕਹਿੰਦੀਆਂ ਨੇ ਤੇਰਾ ਵੀਰਾ ਨਹੀਂ ਹੈ, ਮੈਨੂੰ ਵੀਰਾ ਲਿਆ ਦਿਓ। ਮਾਂ ਤੇ ਬਾਪੂ ਕਹਿੰਦੇ ਉਸ ਕਰਤੇ ਪੁਰਖ ਨੂੰ ਕਹਿ ਜਿਹੜਾ ਸਭ ਦੀਆਂ ਝੋਲੀਆਂ ਭਰਦਾ, ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹੇ, ਸਾਨੂੰ ਵੀ ਇੱਕ ਪੁੱਤ ਦੇ ਦਿਓ। ਪੁੱਤਾਂ ਵਾਲਿਓ ਜਗਤ ਦਾ, ਪੁੱਤ ਮੇਵਾ ਹੁੰਦੇ ਮਾਪਿਆਂ ਦੀ ਜਿੰਦ ਤੇ, ਜਾਨ ਪੁੱਤ ਜਾਨ ਪੁੱਤਰ। ਘਰ ਵਿੱਚ 2 ਮਾਈਆਂ ਕੰਮ ਕਰਦੀਆਂ ਨੇ, ਇੱਕ ਤੁਲਸਾਂ ਤੇ ਦੂਜੀ ਹੈ ਦੌਲਤਾਂ। ਦੌਲਤਾਂ ਬਜ਼ੁਰਗ ਹੈ, ਦਾਈਪਣਾ ਵੀ ਕਰਦੀ ਹੈ। ਜਿਹੜੀ ਤੁਲਸੀ ਹੈ, ਦਾਸਾਂ ਜਿਹਨੂੰ ਕਿਹਾ ਤੁਲਸੀ ਦਾਸ, ਇਹ ਤੁਲਸਾਂ ਨਾਂ ਸੀ ਇਹਦਾ। ਇਹ ਨੌਜਵਾਨ ਵੀ ਹੈ, ਭੱਜ ਭੱਜ ਕੇ ਕੰਮ ਕਰਦੀ ਹੈ ਬਾਬੇ ਪਟਵਾਰੀ ਦੇ ਘਰੇ, ਬਹੁਤ ਇਮਾਨਦਾਰ ਨੇ, ਘਰੋਂ ਗਰੀਬ ਬੜੇ ਨੇ। ਇਹ 2 ਨੌਕਰਾਣੀਆਂ ਸੀ ਘਰ ਦੀਆਂ, ਪਿਆਰ ਸੀ ਵਿਹੜੇ ਵਿੱਚ, ਇਹ ਵੀ ਬੈਠੀਆਂ ਨੇ। ਅਸੀਂ ਵੀ ਚਾਹੁੰਦੀਆਂ ਤੁਹਾਡੇ ਘਰੇ ਚੰਗਾ ਜੀ ਆ ਜਾਏ। ਦੌਲਤਾਂ ਕਹਿੰਦੀ ਮੇਰੀ ਧੀ ਜਵਾਨ ਹੋਈ ਜਾਂਦੀ ਹੈ, ਜੇ ਤੁਹਾਡੇ ਘਰੇ ਪੁੱਤ ਆ ਗਿਆ, ਮੈਂ 6 ਮਹੀਨੇ ਦੇ ਦਾਣੇ ਅਤੇ ਥੋੜ੍ਹੇ ਜਿਹੇ ਪੈਸੇ ਉਧਾਰ ਲਊਂਗੀ, ਮੈਂ ਆਪਣੀ ਧੀ ਦਾ ਵਿਆਹ ਕਰਨਾ ਹੈ। ਪਤਾ ਸੀ ਨਾ ਵੀ ਬਾਬਾ ਕਲਿਆਣ ਚੰਦ ਦੇ ਦੇਣਗੇ, ਦਿਲ ਹੈ ਇਹਨਾਂ ਦਾ, ਮਾਇਆ ਤਾਂ ਸੰਸਾਰ ਕੋਲੇ ਬੜੀ ਹੈ, ਪਰ ਸਾਧੂ ਵਾਲਾ ਦਿਲ ਕਿੱਥੇ ਹੋਵੇ। ਸਾਧੂ ਕੋਲੇ 2 ਰੁਪਈਏ ਨੇ, 2 ਦਾ ਹੀ ਲੰਗਰ ਲਾਤਾ। ਇਹ ਗੁਰੂ ਨਾਨਕ ਪਾਤਸ਼ਾਹ 20 ਰੁਪਈਏ ਦਿੱਤੇ ਬਾਪੂ ਨੇ, ਕਹਿੰਦੇ ਸੱਚ ਦਾ ਸੌਦਾ ਕਰਨਾ ਹੈ। ਬਾਬਾ ਮਹਿਤਾ ਕਲਿਆਣ ਚੰਦ ਪਟਵਾਰੀ ਦੇ ਘਰੇ ਦੌਲਤਾਂ ਦੀ ਸੁੱਖ ਹੈ, ਤੇਰੇ ਪੁੱਤ ਹੋ ਜੇ। ਉੱਧਰ ਬੇਬੇ ਨਾਨਕੀ ਵੀਰ ਮੰਗਦੀ ਹੈ, ਧਰਤੀ ਕਹਿੰਦੀ ਮੇਰਾ ਭਾਰ ਚੁੱਕ ਦੇ, ਭਗਵਾਨ ਕਹਿੰਦੇ ਮੈਂ ਆਪ ਆਊਂਗਾ। ਆਪ ਨਾਰਾਇਣ ਕਲਾ ਧਾਰ, ਆਪ ਰੱਬ ਧਰਤੀ ਤੇ ਆਇਆ, ਇੱਕ ਲਈ ਨਹੀਂ ਸਾਰਿਆਂ ਲਈ। ਨਨਕਾਣਾ ਸਾਹਿਬ ਦੀ ਧਰਤ ਦੇ ਅੱਜ ਭਾਗ ਜਾਗੇ, ਜਿਹਦੇ ਵਿੱਚ ਹੈ ਅੱਲਾ ਦਾ ਨੂਰ ਆਇਆ। ਅਨੰਤ ਕਲਾ ਲੈ ਕੇ ਠਾਕੁਰ ਆਪ ਚੜਿਆ, ਸ਼ਕਤੀ ਭਗਤੀ ਦੇ ਨਾਲ ਭਰਪੂਰ ਆਇਆ। ਅੱਜ ਦਿਓ ਵਧਾਈਆਂ ਜੀ, ਜੀ ਮਾਤਾ ਤ੍ਰਿਪਤਾ ਨੂੰ ਦਿਓ ਜੀ ਵਧਾਈਆਂ ਜੀ ਦੇ ਕਰੇ ਰੱਬ ਆ ਗਿਆ। ਤ੍ਰਿਪਤਾ ਨੂੰ ਦਿਓ ਜੀ ਵਧਾਈਆਂ ਜੀ ਦੇ
ਪਿਆਰ ਰੱਬ ਆ ਗਿਆ ਮਾਤਾ ਕਿਰਪਾ ਤਾਨੂੰ ਦਿਓ ਜੀ ਵਧਾਈਆਂ ਜਿਹਦੇ ਘਰੇ ਰੱਬ ਆ ਦਿਨ ਚੜਿਆ ਅੱਜ ਵਾਲਾ ਕਿਰਪਾ ਤਾਨੂੰ ਦਿਓ ਜੀ ਵਧਾਈਆਂ ਜਿਹਦੇ ਘਰੇ ਰੱਬ ਆ ਗਿਆ ਤੁਹਾਨੂੰ ਦਿਓ ਜੀ ਵਧਾਈਆਂ ਰੱਬ ਆਪ ਦੁਨੀਆ ਤੇ ਆ ਗਿਆ ਨਾਨਕ ਜੀ ਦਾ ਰੂਪ ਧਾਰ ਕੇ ਧਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰੇ ਨਾ ਜਾਣਾ ਤੇਰੀ ਵੱਡਾ ਸਤਿਗੁਰੂ ਨਾਨਕ ਜਿਨ ਕਾਲ ਰਾਖੀ ਮੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਹੁਣ ਸਭ ਤੋਂ ਵੱਡਾ ਪੁਰਖ ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਕਲਯੁਗ ਦੇ ਵਿੱਚ ਗੁਰਮੁਖ ਮੁਖੀ ਗੁਰੂ ਪ੍ਰਗਟ ਹੋਇਆ ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ ਡੇਢ ਪਹਿਰ ਰਾਤ ਰਹਿੰਦੀ ਹੈ ਉਹ ਟਾਈਮ ਇੱਦਾਂ ਦੇ ਸੀ ਖੂਹਾਂ ਤੇ ਟੋਬਿਆਂ ਤੇ ਡੋਲ ਖੜਕ ਜਾਂਦੇ ਸੀ ਇਸ਼ਨਾਨ ਪਾਣੀ ਕਰਨ ਵਾਲਿਆਂ ਦੇ ਟੋਬਿਆਂ ਤੇ ਇਸ਼ਨਾਨ ਹੁੰਦੇ ਸੀ ਟੋਬਿਆਂ ਤੇ ਬਸਤਰ ਧੋਏ ਜਾਂਦੇ ਸੀ ਜਦੋਂ ਖੂਹਾਂ 'ਚ ਡੋਲ ਲਟਕਾਏ ਅੰਮ੍ਰਿਤ ਵੇਲਾ ਹੋਇਆ ਉੱਧਰ ਮਾਂ ਦੌਲਤਾਂ ਨੇ ਦੇਖਿਆ ਮਾਂ ਤ੍ਰਿਪਤਾਂ ਦੀ ਗੋਦ ਵਿੱਚ ਬੱਚਾ ਆਉਣ ਵਾਲਾ ਹੈ ਹਲੇ ਵਿਚਾਰੇ ਕਰਦੀ ਹੈ ਸੋਚਦੀ ਹੈ ਦਾਈ ਦੇ ਜੋ ਕਾਰਜ ਹੁੰਦੇ ਨੇ ਬਸ ਅਸੀਂ ਪਤਾ ਲੱਗਿਆ ਬਾਹਰ ਆ ਕੇ ਬਾਬੇ ਪਟਵਾਰੀ ਨੂੰ ਮੱਥਾ ਟੇਕਿਆ ਪਟਵਾਰੀ ਸਾਹਿਬ ਤੁਹਾਨੂੰ ਵਧਾਈਆਂ ਤੁਹਾਡੇ ਘਰੇ ਪੁੱਤ ਆ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਾਨਕੀ ਤੇਰਾ ਵੀਰ ਨਹੀਂ ਆਇਆ ਸਤਿ ਸ੍ਰੀ ਅਕਾਲ ਕੱਲਾ ਤੇਰਾ ਵੀਰ ਨਹੀਂ ਆਇਆ ਰੱਬ ਖੁਦ ਤੇਰਾ ਵੀਰ ਬਣ ਕੇ ਆ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਚਾਹ ਚੜ ਗਿਆ ਬੇਬੇ ਨੂੰ ਬੇਬੇ ਕਹਿੰਦੇ ਆ ਜਦੋਂ ਨਾਨਕੀ ਸ਼ਬਦ ਆਊਗਾ ਨਾ ਗੁਰੂ ਨਾਨਕ ਸਾਹਿਬ ਜੀ ਦੀ ਵੱਡੀ ਭੈਣ ਦਾ ਜਿੱਥੇ ਵੀ ਨਾਂ ਆਊਗਾ ਉੱਥੇ ਕਹਿਣਾ ਬੇਬੇ ਨਾਨਕੀ ਇਹ ਦੋ ਨਾਂ ਨੇ ਇੱਕ ਮਾਤਾ ਨਾਨਕੀ ਹੈ ਜਦੋਂ ਮਾਤਾ ਨਾਨਕੀ ਕਹੋਗੇ ਫਿਰ ਬਾਬੇ ਗੁਰਦਿੱਤੇ ਦੀ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਅਤੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਭੈਣ ਦੀ ਗੱਲ ਹੈ ਪੁਰਾਣੇ ਬਜ਼ੁਰਗ ਵੱਡੀਆਂ ਭੈਣਾਂ ਨੂੰ ਬੇਬੇ ਹੀ ਕਿਹਾ ਕਰਦੇ ਸੀ ਬੇਬੇ ਤਾਂ ਹੈ ਜੇ ਬੇਬੇ ਤੁਰ ਜੇ ਨਾ ਮੈਂ ਅੱਜ ਪੜ੍ਹਦਾ ਸੀ ਜਿਹਦੀ ਮਾਂ ਤੁਰ ਜੇ ਵੱਡੀ ਭੈਣ ਹੋਵੇ ਅੱਧਾ ਹੀ ਦੁੱਖ ਰਹਿ ਜਾਂਦਾ ਮਾਂ ਜਾਣ ਦਾ ਪਤਾ ਹੀ ਨਹੀਂ ਲੱਗਦਾ ਪਰ ਰੱਬ ਨਾ ਕਿਸੇ ਦੀ ਲੈ ਕੇ ਜਾਵੇ ਭਾਈ ਹੁਣ ਬੇਬੇ ਦਾ ਚਾਹ ਨਹੀਂ ਚੁੱਕਿਆ ਜਾਂਦਾ ਸਵਾ ਕੁ ਪੰਜ ਸਾਲ ਦੀ ਉਮਰ ਹੈ ਸਾਢੇ ਕੁ ਪੰਜ ਸਾਲ ਦੀ ਪਹਿਲਾਂ ਤਾਂ ਸਾਰੀ ਰਾਤ ਬਾਪੂ ਤ੍ਰਿਪਤਾ ਵਾਹਿਗੁਰੂ ਬਾਪੂ ਮਹਿਤਾ ਕਲਿਆਣ ਚੰਦ ਪਟਵਾਰੀ ਕਹਿੰਦਾ ਹੈ ਤ੍ਰਿਪਤਾ ਦੇ ਕੋਲ ਚਲੀ ਜਾ ਨਾਨਕੀ ਆਰਾਮ ਕਰ ਲੈ ਨਾ ਰੱਬ ਤੋਂ ਕੁਛ ਮੰਗਿਆ ਹੈ ਜਦੋਂ ਰੱਬ ਦੇਣ ਆਊਗਾ ਮੈਂ ਸੁੱਤੀ ਹੋਵਾਂ ਨਹੀਂ ਮੇਰੇ ਘਰੇ ਮੇਰਾ ਵੀਰ ਆਉਣ ਵਾਲਾ ਉਹਦਾ ਵਿਸ਼ਵਾਸ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਪ੍ਰਗਟ ਹੋਏ ਤਿੰਨ ਬੇਦੀਆਂ ਨੇ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਦੌਲਤਾਂ ਨੇ ਬਾਹਰ ਆ ਕੇ ਪਟਵਾਰੀ ਸਾਹਿਬ ਨੂੰ ਮੱਥਾ ਟੇਕਿਆ ਤੇ ਨਾਲ ਗੱਲ ਕਹੀ ਕਹਿੰਦੀ ਮੇਰੀ ਉਮਰ ਲੰਘ ਗਈ ਹੱਥਾਂ 'ਚ ਪਤਾ ਨਹੀਂ ਕਿੰਨੇ ਕੁ ਬੱਚੇ ਜਨਮ ਲੈ ਗਏ
ਪਰ ਤੇਰੇ ਬੱਚੇ ਦਾ ਮੈਨੂੰ ਨਹੀਂ ਪਤਾ ਲੱਗਿਆ ਕਿਵੇਂ ਆਇਆ, ਜਨਮ ਤਾਂ ਬਾਅਦ ਦੀ ਗੱਲ ਹੈ, ਮੈਨੂੰ ਪਤਾ ਹੀ ਨਹੀਂ। ਸਤਿਗੁਰੂ ਨਾਨਕ ਪ੍ਰਗਟਿਆ, ਪ੍ਰਗਟਿਆ ਸ਼ਬਦ ਤੁਸੀਂ ਸੁਣਿਆ ਕਦੇ ਕਿਸੇ ਦੇ ਨਾਲ ਲੱਗਿਆ? ਸਤਿਗੁਰੂ ਨਾਨਕ ਪ੍ਰਗਟਿਆ, ਬਾਹ ਪ੍ਰਗਟਿਓ ਮਰਦ ਅਗੰਮੜਾ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਤਿੰਨੇ ਹੀ ਪ੍ਰਗਟ ਹੋਏ ਨੇ, ਨਾ ਗੁਰੂ ਨਾਨਕ ਗਏ, ਨਾ ਗੁਰੂ ਗੋਬਿੰਦ ਸਿੰਘ ਜੀ ਗਏ, ਤੇ ਨਾ ਕਦੇ ਖਾਲਸੇ ਨੇ ਜਾਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਧੰਨ ਬਾਬਾ ਹਨੂੰਮਾਨ ਸਿੰਘ ਜੀ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਵੇਸ਼ ਕਰਦੇ ਹੈ। ਕਿਉਂ ਕਰਦੇ ਹੈ? ਕਿਉਂਕਿ ਬਾਬੇ ਹਨੂੰਮਾਨ ਸਿੰਘ ਜੀ ਨੇ ਆਪਾਂ ਸਰੀਰੇ ਵਾਰਤਾ, ਇੰਨਾ ਪ੍ਰੇਮ ਕੀਤਾ ਬਾਜਾਂ ਵਾਲਿਆਂ ਨੂੰ। ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ। ਦੌਲਤਾਂ ਮਾਈ ਕਹਿੰਦੀ ਤੇਰੇ ਘਰੇ ਹਵੇਲੀ ਵਿੱਚ ਜਿਹੜਾ ਦਲਾਨ ਹੈ, ਜਿੱਥੇ ਮਾਂ ਤ੍ਰਿਪਤਾਂ ਪਈ ਹੈ, ਮੈਂ ਇੱਕ ਉੱਚੀ ਥਾਂ ਤੇ ਦੀਵਾ ਰੱਖਿਆ ਜਿਹਦੀ 5 ਬੱਤੀਆਂ ਕੱਢੀਆਂ ਸੀ ਵੀ ਚਾਨਣ ਰਹੇ ਸਾਰੇ ਦਲਾਨ 'ਚ। ਜਦੋਂ ਤੇਰਾ ਪੁੱਤ ਆਇਆ ਨਾ ਦਲਾਨ ਦੇ ਅੰਦਰ ਕਮਰੇ 'ਚ ਪ੍ਰਗਟ ਹੋਇਆ, ਉਹ 5 ਮੁਖੀ ਦੀਵੇ ਦੀ ਵੀ ਲੋ ਫਿੱਕੀ ਪੈ ਗਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿ ਸ੍ਰੀ ਅਕਾਲ। ਦੌਲਤਾਂ ਨੇ ਕਹਿ ਦਿੱਤਾ ਸੀ, ਅੰਦਰੋਂ ਨਿਕਲ ਗਿਆ ਸੀ ਦੌਲਤਾਂ ਦੇ। ਚੜਿਆ ਜੀ ਅੱਜ ਸੱਚ ਦਾ ਚੰਦਰਮਾ, ਚੜਿਆ ਜੀ ਅੱਜ ਸੱਚ ਦਾ ਚੰਦਰਮਾ, ਚੜਿਆ ਜੀ ਅੱਜ ਸੱਚ ਦਾ ਚੰਦਰਮਾ, ਚੜਿਆ ਜੀ ਅੱਜ ਸੱਚ ਦਾ ਚੰਦਰ, ਚੜਿਆ ਜੀ ਅੱਜ। ਸਤਿਗੁਰੂ ਨਾਨਕ ਆਏ ਨੇ, ਮੇਰੇ ਗੁਰੂ ਨਾਨਕ ਆਏ ਨੇ, ਨਾਨਕ ਆਏ ਨੇ, ਸਤਿਗੁਰ ਨਾਨਕ ਆਏ ਨੇ, ਨਾਨਕ ਆਏ ਨੇ, ਹਾਂ ਨਾਨਕ ਆਏ ਨੇ। ਦੌਲਤਾਂ ਕਹਿੰਦੀ ਸੀ ਮੈਂ ਨਹੀਂ ਸੀ ਰੱਬ ਦੇਖਿਆ, ਪਰ ਅੱਜ ਦੇਖ ਲਿਆ। ਮੈਂ ਕਹਿੰਦੀ ਹੁੰਦੀ ਸੀ ਦੁਨੀਆਂ ਦੀ ਸੁਣਦੇ ਮੈਂ ਕੀ ਜਾਣਾ, ਜੇ ਮੇਰੀ ਸੁਣਨੇ ਤਾਂ ਮੰਨਾ, ਦੁਨੀਆਂ ਦੀ ਸੁਣਦੇ ਤਾਂ ਮੈਂ ਕੀ ਜਾਣਾ, ਜੇ ਮੇਰੀ ਸੁਣ ਲੇ ਮੈਂ ਤਾਂ ਮੰਨਾ, ਦੁਨੀਆਂ ਦੀ ਸੁਣਦੇ। ਮੈਂ ਸੁਣਦੀ ਹੁੰਦੀ ਸੀ ਕੋਈ ਤਾਂ ਕਹਿੰਦਾ ਪਿਆਰਾ ਦਿਲ ਵਿੱਚ ਵੱਸਦਾ, 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 ਅਸਲ ਟਿਕਾਣਾ ਤੇਰਾ ਕੋਈ ਵੀ ਨਾ ਦੱਸਦਾ, ਟਿਕਾਣਾ ਤੇਰਾ ਕੋਈ
ਦੱਸਦਾ ਅਸਲ ਟਿਕਾਣਾ ਤੇਰਾ ਕੋਈ ਵੀ ਨਾ ਦੱਸਦਾ ਮੈਂ ਤਾਂ ਸੋਚਦੀ ਸੀ ਕੀ ਕਰਾਂ ਤੇ ਕਿੱਧਰ ਨੂੰ ਜਾਵਾਂ ਇੱਕ ਵਾਰੀ ਖੋਲੋ ਅੱਖੀਆਂ ਤੇਰੇ ਰਾਜ ਰਾਜ ਦਰਸ਼ਨ ਪਾਵਾਂ ਇੱਕ ਵਾਰੀ ਖੋਲ ਅੱਖੀਆਂ ਤੇਰੇ ਰਾਜ ਰਾਜ ਦਰਸ਼ਨ ਪਾਵਾਂ ਇੱਕ ਵਾਰੀ ਖੋਲ ਅੱਖੀਆਂ ਤੇਰੇ ਰਾਜ ਰਾਜ ਦਰਸ਼ਨ ਪਾ ਜੀ ਇੱਕ ਵਾਰੀ ਖੋਲੋ ਅੱਖੀਆਂ ਤੇਰੇ ਰਾਜ ਰਾਜ ਦਰਸ਼ਨ ਤੇਰੇ ਰਾਜ ਰਾਜ ਦਰਸ਼ਨ ਪਾਵਾਂ ਇੱਕ ਵਾਰੀ ਖੋਲੋ ਅੱਖੀਆਂ ਹਾਂਜੀ ਗੁਰੂ ਸਾਹਿਬ ਦੇ ਆਉਣ ਦੀ ਆਪ ਸੁਣੋ ਕਹਾਣੀ ਵਿਗੜੇ ਲੋਕ ਜਹਾਨ ਦੇ ਇਸਰੀ ਗੁਰਮੁਖ ਹਾਂ ਵਿਗੜੇ ਲੋਕ ਜਹਾਨ ਦੇ ਬਿਸਰੀ ਗੁਰਬਾਣੀ ਹਾਂ ਗੰਦੇ ਗੀਤ ਗਵਾਏਂਦੇ ਦੌਲਤਾਂ ਕਹਿੰਦੀ ਹੈ ਬਾਪੂ ਸੰਸਾਰ ਦੀ ਹਾਲਤ ਬੜੀ ਬੁਰੀ ਹੋ ਗਈ ਸੀ ਐਂ ਲੱਗਦਾ ਸੀ ਕੋਈ ਰੱਬ ਆਊਗਾ ਉਹ ਰੱਬ ਤੇਰੇ ਘਰੇ ਆ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੀ ਗੁਰੂ ਸਾਹਿਬ ਦੇ ਆਉਣ ਦੀ ਆਪ ਸੁਣੋ ਕਹਾਣੀ ਵਿਗੜੇ ਲੋਕ ਜਹਾਨ ਦੇ ਬਿਸਰੀ ਗੁਰਬਾਣੀ ਗਿੰਦੇ ਗੰਦੇ ਗੀਤ ਗਵਾਏ ਦੇ ਵੱਧ ਗਏ ਤੂਫਾਨੀ ਰਾਜਾ ਪਰਜਾ ਹੋਏ ਗਏ ਪਾਪਾਂ ਦੀ ਖਾਨੀ ਭੇਜੋ ਸਭ ਕੇ ਨਾਥ ਜੀ ਕੋਈ ਕੋਈ ਬ੍ਰਹਮ ਗਿਆਨੀ ਭੇਜੋ ਅੱਜ ਵਾਲੇ ਬ੍ਰਹਮ ਗਿਆਨੀਆਂ ਵਰਗਾ ਨਹੀਂ ਉਹ ਬ੍ਰਹਮ ਗਿਆਨੀ ਭੇਜਿਓ ਜਿਹੜਾ ਤਲੀ ਤੇ ਨਿੰਬੂ ਰੱਖੇ ਉਹਨੂੰ ਸਾਰੀ ਸ੍ਰਿਸ਼ਟੀ ਨਜ਼ਰ ਆਵੇ ਬ੍ਰਹਮ ਗਿਆਨੀ ਸਭ ਸ੍ਰਿਸ਼ਟਕਾ ਕਰਤਾ ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਤਾ ਬਾਬਾ ਹਨੂੰਮਾਨ ਸਿੰਘ ਜੀ ਨੂੰ ਕਿਹੜਾ ਕਹੂ ਮਰ ਗਏ ਭਾਈ ਨਾ ਉਹ ਮਰੈ ਨਾ ਠਾਗੇ ਜਾਹੇ ਜਦੋਂ ਤੱਕ ਦੁਨੀਆਂ ਰਹੂਗੀ ਇਹਨਾਂ ਨੂੰ ਨਮਸਕਾਰ ਹੁੰਦੀ ਰਹਿਣੀ ਹੈ ਕਿਉਂ ਹੋਣੀ ਹੈ ਕਿਉਂਕਿ ਆਪਾਂ ਵਾਰਿਆ ਸੱਚ ਕਹੂੰ ਸੁਣ ਲਿਹੋ ਸੁਣ ਦੌਲਤਾਂ ਕਹਿੰਦੀ ਬਾਪੂ ਤੇਰੇ ਘਰੇ ਰੱਬ ਆ ਗਿਆ ਦਰਸ਼ਨ ਕਰ ਜਾ ਕੇ ਆਪਣੇ ਪੁੱਤ ਦੇ ਦੌਲਤਾਂ ਤੈਨੂੰ ਮੈਂ ਖੁਸ਼ ਕਰਕੇ ਭੇਜੂੰਗਾ ਮੈਨੂੰ ਇੱਕ ਵਾਰੀ ਪੁੱਤ ਦੇਖ ਲੈਣ ਦੇ ਦੌਲਤਾਂ ਮਾਈ ਕਹਿੰਦੀ ਅੱਜ ਤੱਕ ਨੀਤ ਕਦੇ ਰੱਜੀ ਨਹੀਂ ਸੀ ਹੁਣ ਕਿਸੇ ਚੀਜ਼ ਦੀ ਲੋੜ ਨਹੀਂ ਰਹੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਿਨਾਂ ਸੰਤੋਖ ਨਹੀਂ ਕੋ ਰਾਜ ਕਹਿੰਦੀ ਉਹਦੇ ਦਰਸ਼ਨ ਕਰਕੇ ਅੰਦਰ ਨੂੰ ਨਾ ਧੀਰਜ ਆ ਗਿਆ ਹੁਣ ਮੇਰੀ ਮੰਗ ਕੋਈ ਨਹੀਂ ਹਾਂ ਤੁਸੀਂ ਦਰਸ਼ਨ ਕਰੋ ਮੈਂ ਘਰ ਦਾ ਕੰਮ ਕਰਨਾ ਇੱਕ ਕਿਹੜਾ ਕੰਮ ਸੀ ਜਦੋਂ ਨਾ ਕਿਸੇ ਦੇ ਘਰੇ ਬੱਚਾ ਹੁੰਦਾ ਸੀ ਭਾਈ ਬੱਚੇ ਦੇ ਜਨਮ ਤੋਂ ਬਾਅਦ ਜਦੋਂ ਬੱਚੇ ਨੂੰ ਇਸ਼ਨਾਨ ਕਰਾਉਣਾ ਜਿਹੜਾ ਉਹ ਜਲ ਸੀ ਪਾਣੀ ਸੀ ਨਾ ਮਾਈਆਂ ਉਹ ਪਾਣੀ ਬਾਹਰ ਨਹੀਂ ਸੀ ਸਿੱਟਦੀਆਂ ਬੱਚੇ ਦੇ ਪਹਿਲਾਂ ਲੀੜਾ ਪਾਉਣਾ ਬਸਤਰ ਪਾਉਣਾ ਕਦੇ ਬਾਹਰ ਨਹੀਂ ਸੀ ਸਿੱਟਦੇ ਮਾਵਾਂ ਸਾਰੀ ਸਾਰੀ ਜ਼ਿੰਦਗੀ ਸਾਂਭ ਕੇ ਰੱਖਦੀਆਂ ਸੀ ਕਿਹੜਾ ਸਾਂਭਦਾ ਹੋਣਾ ਹਸਪੀਟਲਾਂ 'ਚ ਭਾਈ ਕਿਸੇ ਨੂੰ ਪਤਾ ਨਹੀਂ ਪਾਉਣਾ ਕਿਹੜਾ ਕੱਪੜਾ ਪਹਿਲਾਂ ਪਾਇਆ ਸੀ ਦੌਲਤਾਂ ਮਾਈ ਕਹਿੰਦੀ ਹੈ ਮੈਂ ਕੰਮ ਕਰਨਾ ਇੱਕ ਆ ਪਾਣੀ ਹੈ ਛਿਲੇ ਵਾਲਾ ਮੈਂ ਦੱਬਣਾ ਮੈਂ ਟੋਆ ਪੁੱਟਦੀ ਹਾਂ ਦਲਾਨ ਵਿੱਚ ਜਾ ਕੇ ਪਿੱਛੇ ਟੋਆ ਪੁੱਟਿਆ ਘਰ ਵਿੱਚ ਹਵੇਲੀ ਸੀ ਬਾਪੂ ਦੀ ਬਾਬੇ ਪਟਵਾਰੀ ਦੇ ਘਰ ਨੂੰ ਭਾਗ ਲੱਗੇ ਨੇ ਅਤੇ ਦੌਲਤਾਂ ਮਾਈ ਆਪਣੀ ਸਾਹਿਕ ਨੂੰ ਧੀ ਨੂੰ ਨਾਲ ਲੈ ਕੇ ਤੁਲਸਾਂ ਨੂੰ ਕਹਿੰਦੇ ਚੱਲ ਟੋਆ ਪੁੱਟੀਏ ਟੋਆ ਪੁੱਟ ਕੇ
ਆ ਪਾਣੀ ਦੱਬਣਾ ਜਦੋਂ ਟੋਆ ਪੁੱਟਦੇ ਆ ਨਾ ਚਾਉ ਬਹੁਤ ਹੈ ਵੀ ਪਟਵਾਰੀ ਦੇ ਘਰੇ ਪੁੱਤ ਹੋਇਆ ਸਾਡੇ ਮਾਲਕ ਦੇ ਘਰੇ ਵਫਾਦਾਰ ਨੇ ਦੋਨੋਂ ਹੀ ਐ ਪੱਟਦੇ ਪੱਟਦੇ ਉਹਨਾਂ ਦੇ ਟੋਏ ਚੋਂ ਹੀ ਜਿਹੜਾ ਟੋਆ ਪੁੱਟਦੇ ਸੀ ਪੰਜ ਸੱਤ ਮੁੱਠੀਆਂ ਹੀ ਕੱਢੀਆਂ ਨੇ ਜਦੋਂ ਪੱਟਦੇ ਨੇ ਐਂ ਲੱਗਦਾ ਵੀ ਜਿਵੇਂ ਕੁਛ ਅੜਦਾ ਹੁੰਦਾ ਜਿਹੜੀ ਚੀਜ਼ ਨਾਲ ਟੋਆ ਪੁੱਟਿਆ ਜਾਂਦਾ ਸੀ ਉਹਦੇ ਵਿੱਚ ਇੱਕ ਮਾਇਆ ਦੀ ਖੁਰਜੀ ਫਸ ਗਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਐਂ ਝੋਲਾ ਜਿਹਾ ਬਣਿਆ ਲਿਫਾਫਾ ਬਣਿਆ ਉਹ ਚਮੜੇ ਦੀ ਇੱਕ ਮਸ਼ਕ ਵਾਂਗੂ ਦੇ ਵਿੱਚ ਸੋਨੇ ਦੀਆਂ ਮੋਹਰਾਂ ਨੇ ਅਸ਼ਰਫੀਆਂ ਜਦੋਂ ਦੌਲਤਾਂ ਮਾਈ ਨੇ ਪਹਿਲਾਂ ਰੱਖੀਆਂ ਇੱਕ ਪਾਸੇ ਉਹ ਇਸ਼ਨਾਨ ਵਾਲਾ ਪਾਣੀ ਦੱਬਿਆ ਆਪਣਾ ਕੰਮ ਕੀਤਾ ਇਹ ਨਹੀਂ ਵੀ ਲਾਲਚ ਵਿੱਚ ਆ ਕੇ ਕੰਮ ਛੱਡਤਾ ਨਾ ਰੱਬ ਵੀ ਪਰਖ ਲੈਂਦਾ ਕਈ ਵਾਰੀ ਜਿਹੜਾ ਆਪਣੇ ਕਰਮ ਲਈ ਵਫ਼ਾਦਾਰ ਹੈ ਆਪਣੀ ਜ਼ਿੰਮੇਵਾਰੀ ਵਫ਼ਾਦਾਰ ਹੈ ਉਹਦੇ ਰੱਬ ਨੇੜੇ ਹੋ ਕੇ ਕੰਮ ਕਰਦਾ ਹੈ ਆਪ ਸਵਾਰੇ ਮੈਂ ਮਿਲਾਂ ਵਿੱਚ ਕਰਤਾ ਪੁਰਖ ਖਲੋਆ ਹੁਣ ਮਾਈ ਦੌਲਤਾਂ ਨੇ ਜਦੋਂ ਖੁਰਜੀ ਦੇਖੀ ਉਹਦੇ ਵਿੱਚ ਸੋਨੇ ਦੀਆਂ ਸਰਫੀਆਂ ਨੇ ਲਿਆ ਕੇ ਪਟਵਾਰੀ ਸਾਹਿਬ ਅਤੇ ਬੇਬੇ ਨਾਨਕੀ ਦੇ ਚਰਨਾਂ 'ਚ ਧਰਤੀਆਂ ਤੁਹਾਡੇ ਘਰੋਂ ਲੱਭੀਆਂ ਨੇ ਤੁਹਾਡੀ ਅਮਾਨਤ ਹੈ ਬਾਪੂ ਕਹਿੰਦਾ ਦੌਲਤਾਂ ਤੂੰ ਕਹਿੰਦੀ ਸੀ ਧੀ ਦਾ ਵਿਆਹ ਕਰਨਾ ਮੈਂ ਥੋੜ੍ਹੀ ਦਿੱਤੀਆਂ ਨੇ ਤਾਂ ਪ੍ਰਗਟ ਹੋਈਆਂ ਨੇ ਜਿਵੇਂ ਗੁਰੂ ਨਾਨਕ ਪ੍ਰਗਟ ਹੋਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੀ ਮੈਂ ਗਰੀਬੀ ਬੜੀ ਦੇਖੀ ਹੈ ਰੋਂਦੀ ਹੁੰਦੀ ਸੀ ਰਾਤਾਂ ਨੂੰ ਉੱਠ ਉੱਠ ਕੇ ਪਰ ਕਦੇ ਕੋਈ ਇਹ ਨਹੀਂ ਮੰਗਿਆ ਵੀ ਕਿਸੇ ਦੇ ਕਰਮਾਂ ਦੀ ਮੈਨੂੰ ਮਿਲ ਜੇ ਬਸ ਇਹ ਮੰਗਦੀ ਸੀ ਮੇਰੇ ਕਰਮ ਦਾ ਜੋ ਹੈ ਉਹ ਮਿਲ ਜੇ ਮੇਰੇ ਅੰਦਰ ਸਬਰ ਹੈ ਬਾਪੂ ਮੈਨੂੰ ਇੰਨੀ ਮਾਇਆ ਦੀ ਲੋੜ ਨਹੀਂ ਧੀ ਦਾ ਵਿਆਹ ਤਾਂ ਮੈਂ ਨਾ ਵੀ ਮੰਗਾਂ ਤੂੰ ਤਾਂ ਵੀ ਕਰ ਦੇਗਾ ਤੇਰੇ 'ਤੇ ਵਿਸ਼ਵਾਸ ਹੈ ਹੁਣ ਮਾਈ ਦੌਲਤਾਂ ਨੇ ਅੱਧੀ ਮਾਇਆ ਹੁਣ ਤੁਲਸਾਂ ਨੂੰ ਦੇਤੀ ਅੱਧੀ ਆਪ ਰੱਖ ਲਈ ਪੰਜ ਸੱਤ ਦਿਨ ਲੰਘੇ ਬਾਬਾ ਹਰਦਾਸ ਜੀ ਪੱਤਰੀ ਬਣਾਉਣ ਵਾਲੇ ਪੰਡਿਤ ਜੀ ਨੇ ਉਹ ਆ ਗਏ ਹਫ਼ਤੇ ਕੁ ਦਾ ਟਾਈਮ ਸੀ ਲੰਘਿਆ ਪੱਤਰੀ ਬਣਾਉਣ ਨੂੰ ਪੰਜ ਸੱਤ ਦਿਨ ਲੰਘਣਗੇ ਜਦੋਂ 21 ਦਿਨ ਕਿਤੇ ਹੋ ਜਾਣਗੇ ਫਿਰ ਨਾਂ ਧਰ ਦਿਆਂਗੇ ਸਲਾਹ ਚੱਲ ਪਈ ਕੀ ਨਾਂ ਧਰਨਾ ਹੈ ਜਦੋਂ ਨਾਂ ਦੀ ਗੱਲ ਚੱਲਦੀ ਹੈ ਬੇਬੇ ਨਾਨਕੀ ਕਹਿੰਦੀ ਨਾਂ ਮੈਂ ਧਰੂੰਗੀ ਮੇਰਾ ਭਰਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੰਨਾ ਪਿਆਰ ਕਰਦੀ ਹੈ ਆਪਣੇ ਜਿਸ ਦਿਨ ਦੇ ਆਏ ਨੇ ਮਹਾਰਾਜ ਘਰੋਂ ਬਾਹਰ ਨਹੀਂ ਪੈਰ ਨਹੀਂ ਪੁੱਟਿਆ ਬੇਬੇ ਨੇ ਮੈਂ ਕਿੱਥੇ ਜਾਣਾ ਹੁਣ ਤਾਂ ਰੱਬ ਮੇਰੇ ਘਰੇ ਆ ਗਿਆ ਰੋਜ਼ ਆਹੀ ਮੰਗਦੀ ਸੀ ਸਭ ਦੀਆਂ ਭੈਣਾਂ ਜਿਉਣ ਬੇਬੇ ਨਾਨਕੀ ਐਸੀ ਭੈਣ ਮੇਰੇ ਵੀਰ ਦਾ ਨਾਂ ਮੈਂ ਧਰੂੰ ਕੀ ਨਾਂ ਧਰੀਏ ਮੇਰਾ ਨਾਂ ਨਾਨਕੀ ਤਾਂ ਪੈ ਗਿਆ ਸੀ ਮੈਂ ਨਾਨਕਿਆਂ 'ਚ ਹੋਈ ਸੀ ਅਤੇ ਹੁਣ ਮੇਰਾ ਭਰਾ ਹੈ ਅਗਲਾ ਪੁੱਛਿਆ ਕਰੂ ਕੌਣ ਹੈ ਕਿਹਦਾ ਭਰਾ ਹੈ ਪੁੱਛਣਾ ਨਾ ਪਵੇ ਨਾਨਕੀ ਦਾ ਭਰਾ ਕੌਣ ਹੈ ਨਾਨਕ ਨਾਂ ਬਸ ਨਾਨਕ ਨਾਂ ਰੱਖ ਦੇ ਬਾਪੂ ਕਾਲੂ ਨੂੰ ਅਨੰਤ ਪਿਆਰਾ ਮਾਂ ਤ੍ਰਿਪਤਾ ਦੀਆਂ ਅੱਖੀਆਂ ਦਾ ਤਾਰਾ ਜਿੱਥੇ ਬਾਬੇ ਜਨਮ ਲਿਆ ਨਨਕਾਣਾ ਹੋਣੀ ਥਾਂ ਬੇਬੇ ਨਾਨਕੀ ਕਹਿੰਦੀ ਹੈ ਉਹ ਭੈਣ ਨਾਨਕੀ ਭੈਣ ਨਾਨਕੀ ਕੀ ਬਚਨ ਕਰਦੀ ਆਪਣੇ ਭਰਾ ਦੇ ਮੇਰੀ ਵੀ ਸੁਣਿਓ ਨਾਂ ਰੱਖਣਾ ਹੈ ਤਾਂ ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਿਓ ਨਾ ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾ ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾ ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਿਓ ਨਾ ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾ ਭੈਣ ਨਾਨਕੀ ਕਹੇ ਵੀਰ ਦਾ
ਨਾਨਕ ਰੱਖਣਾ ਨਾ ਜੀ ਭੈਣ ਨਾਨਕੀ ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾ 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 ਇਹ ਤਾਂ ਜੋਤ ਨਰੰਜਣੀ ਆਈ ਹੈ ਦਰਸ਼ਨ ਕਰ ਲੋ ਪਾਕਾਂ ਵਾਲਿਓ ਇਹ ਤਾਂ ਜੋਤ ਨਰੰਜਣੀ ਆਈ ਹੈ ਦਰਸ਼ਨ ਕਰ ਲਿਓ ਪਾਕਾਂ ਵਾਲਿਓ ਇਹ ਤਾਂ ਜੋਤ ਨਿਰੰਜ ਦਰਸ਼ਨ ਕਰ ਲਿਓ ਪਾਕਾਂ ਵਾਲਿਓ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਾਂ ਰੱਖਿਆ ਮਹਾਰਾਜ ਦਾ ਨਾਨਕ ਚੰਦ ਕਈ ਦਿਨ ਹੋ ਗਏ ਕਿਤੇ ਕੀਰਤਨ ਕੀਤਾ ਮੈਂ ਨਾਂ ਬੋਲਿਆ ਮਹਾਰਾਜ ਦਾ ਨਾਨਕ ਚੰਦ ਉੱਥੇ ਇੱਕ ਪੜ੍ਹਿਆ ਲਿਖਿਆ ਸੀ ਵਿਦਿਆ ਵਿਚਾਰੀ ਪਰਉਪਕਾਰੀ ਤਾਂ ਹੈ ਜੇ ਤੈਨੂੰ ਵਿਚਾਰ ਕਰਨੀ ਆਉਂਦੀ ਪੜ੍ਹ ਲਈਆਂ ਕਿਤਾਬਾਂ ਦੁਨੀਆਂ ਦੀਆਂ ਅਕਲ ਮਤ ਸਿੱਖੀ ਨਹੀਂ ਵਿਚਾਰ ਸਿੱਖੀ ਨਹੀਂ ਫਿਰ ਤਾਂ ਪੜ੍ਹ ਪੜ੍ਹ ਗੱਡੀ ਲੱਦੀ ਹੈ ਵਿਦਿਆ ਤੇਰੇ ਲਈ ਤਾਂ ਪਰਉਪਕਾਰੀ ਹੈ ਵਿਦਿਆ ਵਿਚਾਰੀ ਜੇ ਤੂੰ ਵਿਚਾਰ ਕੇ ਚੱਲੇ ਫਿਰ ਵਿਦਿਆ ਤੇਰੇ ਲਈ ਪਰਉਪਕਾਰ ਕਰੂਗੀ ਹੋਰ ਲਈ ਵੀ ਕਰੇ ਤੂੰ ਸਿੱਖ ਕੇ ਉਹ ਕਹਿੰਦਾ ਜੀ ਨਾਨਕ ਚੰਦ ਕਿੱਥੇ ਨਾਂ ਲਿਖਿਆ ਸੀ ਤਾਂ ਗੁਰੂ ਨਾਨਕ ਦੇਵ ਮਹਾਰਾਜ ਪੜ੍ਹਿਆ ਹੈ ਗੁਰੂ ਨਾਨਕ ਦੇਵ ਏ ਪੜ੍ਹਿਆ ਹੈ ਮੈਂ ਕਿਹਾ ਤੁਸੀਂ ਕੀ ਪੜ੍ਹ ਲਿਆ ਕਹਿੰਦਾ ਮੈਂ ਬਹੁਤ ਜਗ੍ਹਾ ਦੇਖਿਆ ਨਾਨਕ ਚੰਦ ਕਿਤੇ ਵੀ ਨਹੀਂ ਹੈ ਮੈਂ ਕਿਹਾ ਤੂੰ ਕਹੇਗਾ ਵੀ ਨਾਨਕ ਰਾਏ ਵੀ ਨਹੀਂ ਹੈ ਰਹਿਰਾਸ ਪੜ੍ਹੀਏ ਕਦੇ ਜਿਹੜੀ ਪੁਰਾਤਨ ਹੈ ਅਸੀਂ ਨਿਹੰਗ ਸਿੰਘ ਪੜ੍ਹਦੇ ਹਾਂ ਜਿਹੜੀ ਉਹਦੇ ਵਿੱਚ ਕਲਗੀਧਰ ਪਾਤਸ਼ਾਹ ਦਾ ਬਚਨ ਹੈ ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਰਾਏ ਦਾ ਮਤਲਬ ਵੀ ਚੰਦ ਹੈ ਪ੍ਰਗਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦੇ ਜਹ ਤਹ ਭਏ ਸਹਾਏ ਹੁਣ ਬਾਪੂ ਦਾ ਨਾਂ ਕੀ ਹੈ ਬਾਬਾ ਮਹਿਤਾ ਕਲਿਆਣ ਚੰਦ ਹੁਣ ਸਿੰਘ ਦਾ ਪੁੱਤ ਸਿੰਘ ਹੋਊ ਕਿ ਕੁਮਾਰ ਹੋਊ ਭਾਈ ਜੇ ਬਾਪ ਸਿੰਘ ਹੈ ਤਾਂ ਪੁੱਤ ਵੀ ਸਿੰਘ ਹੈ ਜੇ ਬਾਪੂ ਕੁਮਾਰ ਹੈ ਤਾਂ ਪੁੱਤ ਵੀ ਕੁਮਾਰ ਹੈ ਹੁਣ ਬਾਬਾ ਮਹਿਤਾ ਕਲਿਆਣ ਚੰਦ ਹੈ ਤਾਂ ਨਾਨਕ ਵੀ ਚੰਦ ਮੈਂ ਕਿਹਾ ਤੂੰ ਸਾਰੇ ਗ੍ਰੰਥ ਤਾਂ ਪੜ੍ਹੇ ਨਹੀਂ ਹੋਣੇ ਮੈਂ ਤਾਂ ਸੂਰਜ ਗ੍ਰੰਥ 'ਚੋਂ ਕਥਾ ਸੁਣੀ ਅਸੀਂ ਪੜ੍ਹਦੇ ਹਾਂ ਵਿਚਾਰਦੇ ਹਾਂ ਕਹਿੰਦਾ ਮੈਂ ਸੂਰਜ ਗ੍ਰੰਥ ਨੂੰ ਮੰਨਦਾ ਹੀ ਨਹੀਂ ਮੈਂ ਕਿਹਾ ਫਿਰ ਤਾਂ ਤੈਨੂੰ ਹੱਥ ਬੰਨੇ ਭਾਈ ਉਹਨੂੰ ਮੰਨਣ ਵਾਲੇ ਹੋਰ ਬਹੁਤ ਨੇ ਮੇਰਾ ਸਮਾਂ ਨਾ ਖਰਾਬ ਕਰ ਮੈਂ 5-7 ਮਿੰਟ ਵਾਹਿਗੁਰੂ ਵਾਹਿਗੁਰੂ ਕਰ ਲੂੰ ਤੇਰੇ ਨਾਲ ਵਿਚਾਰ ਤਾਂ ਹੋਣੀ ਨਹੀਂ ਬਹਿਸ ਹੋਊਗੀ ਮਨ ਵੀ ਖਰਾਬ ਹੋਊ ਸਾਰਾ ਦਿਨ ਅਸ਼ਾਂਤੀ ਭੰਗ ਵੀ ਇਸ ਤਰ੍ਹਾਂ ਦੀ ਗੱਲ ਹੈ ਭਾਈ ਸ਼ੰਕਾ ਨਹੀਂ ਇਹ ਤਾਂ ਰੱਬ ਦੀਆਂ ਖੇਡਾਂ ਨੇ ਜਿਹੜਾ ਸਮਝ ਲੈਂਦਾ ਉਹ ਜਾਣ ਲੈਂਦਾ ਹੈ ਜਿਸ ਨੂੰ ਆਪ ਜਣਾਏ ਸੋਈ ਜਨ ਜਾਣੇ ਉਹ ਬੇਅੰਤ ਹੈ ਹੁਣ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਂ ਧਰਿਆ ਖੇਡਦੇ ਫਿਰਦੇ ਨੇ ਮਹਾਰਾਜ ਬਾਲ ਲੀਲਾਵਾਂ ਕੀਤੀਆਂ 5-1 ਸਾਲ ਦੇ ਹੋਏ ਬਾਪੂ ਨਾਲ ਲੈ ਜਾਂਦਾ ਹੈ ਨਾਨਕੀ ਨੂੰ ਵੀ ਨਾਲ ਲੈ ਜਾਂਦਾ ਚਲੋ ਗੁਰੂਕੁਲ 'ਚ ਚੱਲੀਏ ਜਿੱਥੇ ਵਿੱਦਿਆ ਮਿਲਦੀ ਹੈ ਉੱਥੇ ਪਾਂਧਾ ਜੀ ਪੜ੍ਹਾਉਂਦੇ ਨੇ ਇੱਥੇ ਦੋ ਨੇ ਇੱਕ ਬਾਬਾ ਹਰਦਾਸ
ਜਿਹੜਾ ਪੱਤਰੀ ਬਣਾਉਣ ਆਇਆ, ਜਿਹੜਾ ਪੜ੍ਹਾਉਣ ਵਾਲਾ ਉਹ ਹੈ ਬਾਬਾ ਹਰਦਿਆਲ। ਇਸੇ ਬਾਬੇ ਹਰਦਿਆਲ ਨੇ ਜਨੇਊ ਪਹਿਨਣਾ ਹੈ। ਇਹ ਦੋ ਨੇ, ਦੋਵੇਂ ਤੁਲਸਾਂ ਅਤੇ ਦੌਲਤਾਂ ਨੇ। ਹੁਣ ਜਦੋਂ ਬਾਬੇ ਹਰਦਾਸ ਨੇ ਫੱਟੀ ਸਾਫ ਕਰਕੇ ਦਿੱਤੀ ਹੈ, ਲੱਕੜ ਦੀ ਫੱਟੀਆਂ ਬਜ਼ੁਰਗਾਂ ਨੂੰ ਪਤਾ ਕਿਵੇਂ ਪੜ੍ਹਾਈਆਂ ਹੁੰਦੀਆਂ ਸੀ, ਹੁਣ ਤਾਂ ਟੈਬਲੇ ਚੱਲਦੀ ਹੈ, ਸਭ ਕੁਛ ਸਕਰੀਨਾਂ 'ਤੇ ਪੜ੍ਹਾਈ ਹੁੰਦੀ ਹੈ, ਤਕਨੀਕ ਇੰਨੀ ਵੱਧ ਗਈ। ਪਰ ਬਜ਼ੁਰਗਾਂ ਨੂੰ ਪੁੱਛੋ ਜਿਨ੍ਹਾਂ ਨੇ ਵਿੱਦਿਆ ਭੁੰਜੇ ਬਹਿ ਬਹਿ ਕੇ ਫੱਟੀਆਂ ਘੜ ਘੜ ਲਿਖ ਲਿਖ ਕਲਮਾਂ ਬਣਾ ਬਣਾ ਕੇ, ਇੱਦਾਂ ਹੀ ਫੱਟੀ ਗੁਰੂ ਨਾਨਕ ਸਾਹਿਬ ਨੂੰ ਬਣਾ ਕੇ ਦਿੱਤੀ। ਕਹਿੰਦੇ ਲੈ ਫੱਟੀ ਪੋਚ ਲੈ ਅਤੇ ਸਾਫ ਕਰ ਲੈ, ਜਦੋਂ ਸੁੱਕ ਗਈ ਤਾਂ ਉੱਤੇ ਕੀ ਲਿਖਣਾ ਹੈ? ਅਲਫ ਬੇ ਤੇ, ਜਿਵੇਂ ਊੜਾ ਆੜਾ ਈੜੀ, ਇਹ ਤਿੰਨ ਅੱਖਰ ਪਹਿਲੇ ਅਲਫ ਬੇ ਤੇ, ਉਰਦੂ ਦਾ ਊੜਾ ਆੜਾ ਹੈ, ਇਹ ਤਿੰਨੇ ਅੱਖਰ ਲਿਖ। ਮਹਾਰਾਜ ਕਹਿੰਦੇ ਤਿੰਨ ਨਹੀਂ, ਪਹਿਲਾਂ ਇੱਕ ਅੱਖਰ ਦੱਸ। ਕਹਿੰਦੇ ਚੱਲ ਅਲਫ ਲਿਖ ਲੈ। ਅਲਫ ਤੋਂ ਬਾਅਦ ਬੇ ਲਿਖੀ। ਮਹਾਰਾਜ ਕਹਿੰਦੇ ਪਹਿਲਾਂ ਅਲਫ ਦੀ ਡੈਫੀਨੇਸ਼ਨ ਦੱਸ, ਇਹਦਾ ਮਤਲਬ ਕੀ ਆਖੋ? ਸਤਨਾਮ ਸ੍ਰੀ ਵਾਹਿਗੁਰੂ। ਪਹਿਲੇ ਅੱਖਰ ਦਾ ਮਤਲਬ ਦੱਸ, ਸਮਝਾ ਖੋਲ ਕੇ। ਜਦੋਂ ਮੇਰੇ ਸਮਝ ਆ ਗਿਆ, ਮੈਂ ਮੰਨ ਲੂ ਮੈਂ ਸਮਝ ਗਿਆ, ਫਿਰ ਅਗਲੀ ਗੱਲ ਕਰਾਂਗੇ। ਹੁਣ ਇੰਨੀ ਡੂੰਘਾਈ 'ਚ ਕਿੱਥੇ ਜਾਂਦਾ ਸੀ ਪਾਂਧਾ? ਕੋਈ ਕੋਈ ਟੀਚਰ ਹੈ ਜਿਹੜਾ ਐਨ ਆਪਣਾ ਧਰਮ ਸਮਝ ਕੇ ਕਰਦਾ, ਕੋਈ ਕੋਈ ਡਾਕਟਰ ਹੈ ਜਿਹੜਾ ਕੀਤੇ ਨੂੰ ਧਰਮ ਸਮਝ ਕੇ ਕਰਦਾ ਹੈ, ਜਿਨ੍ਹਾਂ ਨੇ ਆਪਣੇ ਕੰਮ ਨੂੰ ਧਰਮ ਸਮਝ ਲਿਆ, ਉਹ ਭਾਵੇਂ ਕਿਸੇ ਗੁਰੂ ਮੰਦਰ ਬਾਬੇ ਦੀ ਸੇਵਾ ਕਰਨ ਨਾ ਕਰਨ, ਉਹ ਇੱਦਾਂ ਹੀ ਭਲੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਣੇ ਕੰਮ ਪ੍ਰਤੀ ਜ਼ਰੂਰ ਜ਼ਿੰਮੇਵਾਰ ਹੋ ਜਾਓ। ਜਿਹੜਾ ਤੇਰੇ ਕੋਲ ਆਸ ਲੈ ਕੇ ਆਇਆ ਕੋਈ ਸੈਨ ਕਰਾਉਣ ਆਇਆ, ਤੂੰ ਸੋਚ ਵੀ ਰੱਬ ਦਾ ਹੀ ਰੂਪ ਹੈ, ਕਰਦੇ ਬਿਨਾਂ ਪੈਸਿਆਂ ਤੋਂ, ਤੇਰਾ ਵੀ ਭਲਾ ਉਹਦਾ ਵੀ ਭਲਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਜੇ ਤੂੰ ਵੱਡੀ ਲਏ, ਬਾਬਾ ਨਾਨਕ ਪਾਤਸ਼ਾਹ ਮਹਾਰਾਜ ਕੀ ਕਹਿੰਦੇ ਹੈ? ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਰੱਜਣਾ ਨਹੀਂ। ਅਸੀਂ ਰੋਜ਼ ਭੋਗਾਂ 'ਤੇ ਕੀਰਤਨ ਕਰਨ ਜਾਈਦਾ, ਕਰਦੇ ਕਹਿੰਦੇ ਨੇ ਛੇਤੀ ਨਿਬੇੜੋ ਕੰਮ। ਸੁਖਮਨੀ ਸਾਹਿਬ ਇਹ ਕਰਾ ਦਿੰਦੇ ਨੇ ਫੁੱਲਾਂ ਵਾਲੇ ਦਿਨ, ਨਿਬੜਦਾ ਕੰਮ। ਇਸ ਕਰਕੇ ਪਿਆਰਿਓ, ਕਰਨਾ ਜੋ ਮਰਜ਼ੀ ਕਰੋ, ਆਪਾਂ ਆਪਣੇ ਮਾਲਕ ਹਾਂ ਕਰਨ ਦੇ, ਪਰ ਜਦੋਂ ਲੇਖਾ ਹੋ ਜਾਣਾ, ਕਰਮੀ ਆਪੋ ਆਪਣੀ। ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਸੰਸਾਰ ਨੂੰ ਤਾਰਦੇ ਨੇ। 5 ਕੁ ਸਾਲ ਦੀ ਉਮਰ ਹੈ, ਸਾਰੀ ਤਲਵੰਡੀ ਵਿੱਚ ਧੁੰਮਾਂ ਪਈਆਂ ਨੇ। ਕਹਿੰਦੇ ਬਾਬੇ ਨਾਨਕ ਨੇ, ਵਾਹਿਗੁਰੂ ਨਾਨਕ ਚੰਦ ਪਟਵਾਰੀ ਦੇ ਪੁੱਤਰ ਨੇ ਪਾਂਧੇ ਨੂੰ ਗਿਆਨ ਦਿੱਤਾ, ਘਰੇ ਛੱਡਣ ਆ ਗਿਆ ਪਾਂਧਾ। ਪਟਵਾਰੀ ਜੀ ਕਹਿੰਦੇ ਕੋਈ ਗਲਤੀ ਹੋ ਗਈ ਮੇਰੇ ਪੁੱਤ ਤੋਂ? ਨਾ, ਮੈਂ ਨਹੀਂ ਪੜ੍ਹਾ ਸਕਦਾ। ਬਾਪੂ ਕਹਿੰਦਾ ਕੋਈ ਉਲਾਂਭਾ ਦੱਸ ਦੇ, ਘਾਟ ਬਾਅਦ ਹੈ, ਪੂਰੀ ਕਰ ਲਾਂਗੇ, ਝਿੜਕ ਦਿਆਂਗੇ। ਪੜ੍ਹਾਉਣ ਵਾਲੇ ਪਤਾ ਕੀ ਕਹਿੰਦੇ ਨੇ? ਬਾਪੂ, ਤੇਰਾ ਪੁੱਤ ਤਾਂ ਪੜ੍ਹਿਆ ਪੜ੍ਹਾਈ ਹੈ। ਇੱਥੋਂ ਮਹਾਰਾਜ ਦਾ ਸਮਾਂ ਲੰਘਿਆ, ਬੱਚਿਆਂ ਨਾਲ ਖੇਡਦੇ ਫਿਰ ਜਿਹਦੇ ਵੀ ਘਰੇ ਜਾਣਾ ਮਹਿਮਾ ਹੋਣ ਲੱਗ ਪਈ। ਇੱਕ ਦਿਨ ਮਰਾਸੀਆਂ ਦੇ ਦਰਵਾਜ਼ੇ, ਜਿਨ੍ਹਾਂ ਨੂੰ ਲੋਕ ਮਰਾਸੀ ਕਹਿੰਦੇ ਨੇ, ਬਾਬਾ ਨਾਨਕ ਕਹਿੰਦਾ ਮੂੰਹ ਰਸੀਏ, ਉਹਨਾਂ ਦੇ ਦਰਵਾਜ਼ੇ 'ਤੇ ਚਲੇ ਗਏ ਮਹਾਰਾਜ। ਕਿਉਂ ਗਏ? ਉਸ ਘਰ ਵਿੱਚ ਇੱਕ ਮਾਈ ਬੈਠੀ ਵਿਹੜੇ 'ਚ ਰੋਂਦੀ ਹੈ ਧੁੱਪ ਵਿੱਚ, ਜਿਹਦਾ ਨਾਂ ਲੱਖੋ ਹੈ, 5.5-6 ਸਾਲ ਦੀ ਮਹਾਰਾਜ ਦੀ ਉਮਰ ਹੈ, ਬਾਲ ਲੀਲਾ ਕਰਦੇ ਤੁਰੇ ਫਿਰਦੇ ਨੇ। ਇੱਕ ਮਾਈ ਬੈਠੀ ਯਾਦ ਕਰਦੀ ਹੈ, ਹੇ ਰੱਬਾ ਮੇਰੀ ਵੀ ਸੁਣ ਲੈ, ਮੈਂ ਵੀ ਤੇਰੇ ਚਰਨਾਂ 'ਚ ਨਿੱਤ ਅਰਦਾਸ ਕਰਦੀ ਹਾਂ, ਮੈਨੂੰ ਵੀ ਦਿਦਾਰ ਦਿਓ ਕਦੇ, ਮੇਰੇ ਵੀ ਦੁੱਖ ਹਰੋ। ਆ ਮਾਈ ਦਾ ਕੀ ਦੁੱਖ ਹੈ, ਇਹਦੇ 6 ਔਲਾਦਾਂ ਹੋਈਆਂ, 6 ਚੜ੍ਹਾਈ ਕਰ ਗਈਆਂ, 7ਵਾਂ ਬੱਚਾ ਹੈ, 4.5 ਸਾਲ ਦੀ ਉਮਰ ਹੈ ਉਸ ਬੱਚੇ ਦੀ। ਉਹਨੂੰ ਕੋਲ ਬਿਠਾ ਕੇ ਨਾ
ਬੇਬੇ ਰੋਂਦੀ ਹੈ, ਕਹਿੰਦੀ ਤੂੰ ਪਤਾ ਨਹੀਂ ਕਦੋਂ ਮਰ ਜਾਣਾ। ਡਾਕਟਰਾਂ ਨੇ ਕਿਹਾ ਇਹਦਾ ਬਚਣਾ ਤਾਂ ਹੈ ਨਹੀਂ, 5 ਸਾਲ ਦਾ ਹੋ ਜੇ, 6 ਦਾ ਹੋ ਜੇ, ਹੁਣ ਬੈਠੀ ਹੋਰ ਕੋਈ ਕੰਮ 'ਚ ਮਨ ਨਹੀਂ ਲਾਉਂਦੀ। ਬੇਬੇ ਆਪਣੇ ਪੁੱਤਰ ਨੂੰ ਇਹ ਕੋਲ ਬਿਠਾ ਬਿਠਾ ਰੋਂਦੀ ਹੈ। ਮਾਮਾ ਭਾਵੇਂ ਹੋਵਣ ਪਰੀਆਂ, ਹੋਵਣ ਪਰੀਆਂ, ਸ਼ਾਹੀ ਘਰੀ ਵਿਆਹੀਆਂ ਪਰੀਆਂ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇਹੜੀ 'ਤੇ ਆ ਗਏ, ਹੁਣ ਰੱਬ ਨੂੰ ਪੁਕਾਰਦੀ ਹੈ, ਆਵਾਜ਼ ਮਾਰੀ ਹੈ ਮਹਾਰਾਜ ਨੇ ਆ ਕੇ, ਮਾਂ ਇਹ ਰੱਬੀ ਆਵਾਜ਼ ਹੈ। ਜਿਹੜੇ ਦਰਦੀ ਲੋਕ ਨੇ ਨਾ, ਸਭ ਦੀਆਂ ਮਾਵਾਂ ਨੂੰ ਆਪਣੀਆਂ ਜਾਣਦੇ ਨੇ, ਜਿਹੜੇ ਸੱਚੇ ਪੁਰਸ਼ ਨੇ ਸਭ ਦੀਆਂ ਭੈਣਾਂ ਨੂੰ ਆਪਣੀਆਂ ਭੈਣਾਂ ਜਾਣ। ਮਾਂ ਮਾਈ ਆਪ ਮਾਂ ਹੈ, 7 ਬੱਚਿਆਂ ਦੀ, 6 ਮਰ ਗਏ, 1 ਹੈ, ਪਰ ਮਾਂ ਨੂੰ ਪਤਾ ਕੀ ਯਾਦ ਆ ਗਿਆ, ਅੱਖਾਂ ਬੰਦ ਕਰੇ ਤੋਂ ਇਹ ਯਾਦ ਆ ਗਿਆ ਵੀ ਇਹ ਇੰਨੇ ਪਿਆਰ ਵਾਲੀ ਆਵਾਜ਼ ਤਾਂ ਮੇਰੀ ਮਾਂ ਮਾਰਦੀ ਹੁੰਦੀ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੱਚਾ ਹੋਵੇ, ਜਵਾਨ ਹੋਵੇ, ਬਜ਼ੁਰਗ ਹੋਵੇ, ਜਦੋਂ ਦੁਖੀ ਹੁੰਦਾ, ਕਿੰਨੀ ਵੀ ਉਮਰ ਦਾ ਹੋ ਜੇ, ਸਭ ਤੋਂ ਪਹਿਲਾਂ ਕਿਹਨੂੰ ਯਾਦ ਕਰਦਾ ਹੈ? ਮਾਂ ਨੂੰ ਯਾਦ ਕਰਦਾ ਹੈ। ਤਾਂ ਹੀ ਤਾਂ ਰੱਬ ਦਾ ਰੂਪ ਹੈ ਮਾਂ। ਮੇਰੀ ਮਾਂ ਇੰਨੇ ਪਿਆਰ ਨਾਲ ਬੁਲਾਉਂਦੀ ਸੀ, ਜਾਂ ਫਿਰ ਰੱਬ ਹੋ ਸਕਦਾ ਜਾਂ ਮਾਂ ਸੀ। ਦੇਖਾਂ ਦਰਵਾਜ਼ੇ 'ਤੇ ਕੌਣ ਹੈ, ਜਦੋਂ ਮਹਾਰਾਜ ਨਾਨਕ ਚੰਦ ਜੀ ਦੇਖੇ ਨਾ, ਦੇਹੜੀ ਨੂੰ ਨਹੀਂ ਮੱਥਾ ਟੇਕਿਆ, ਵਿਹੜੇ 'ਚ ਮੱਥਾ ਟੇਕਤਾ, ਕਹਿੰਦੀ ਧੰਨ ਵਿਹੜਾ ਧੰਨ ਦੇਹੜੀ, ਜਿਹੜੇ ਦਰਵਾਜ਼ੇ 'ਤੇ ਮਾਲਕ ਜੀ ਤੁਸੀਂ ਆ ਗਏ। ਨਾਨਕ ਚੰਦ ਜੀ ਧੰਨ ਭਾਗ, ਅਸੀਂ ਤਾਂ ਦੁਨੀਆ ਕਹਿੰਦੀ ਹੈ ਨੀਚ ਨੇ, ਮਰਾਸੀ ਨੇ। ਮਹਾਰਾਜ ਕਹਿੰਦੇ ਲੋਕਾਂ ਲਈ ਹੋਣਗੇ, ਮੇਰੇ ਲਈ ਤਾਂ ਤੁਸੀਂ ਕੌਣ ਹੋ? ਮੂੰਹ ਰੱਸੀ। ਆ ਜਾ ਅੰਦਰ, ਆ ਜਾ। ਬੱਚਿਆਂ ਦੀ ਟੋਲੀ ਮਹਾਰਾਜ ਅੰਦਰ ਲੈ ਕੇ, ਮਾਂ ਇਹ ਦੱਸ ਰੋਂਦੀ ਕਿਉਂ ਆ, ਮੇਰੇ ਰੋਣ ਦਾ ਕਾਰਨ ਕੀ ਹੈ? ਦੱਸਿਆ ਮਾਂ ਨੇ, ਗੁਰੂ ਨਾਨਕ ਮਹਾਰਾਜ ਕਹਿੰਦੇ ਕਿੱਥੇ ਹੈ ਤੇਰਾ ਪੁੱਤ? ਆ ਬੈਠਾ ਹੈ। ਬੁਲਾ ਤਾਂ। ਬੇਬੇ ਕਹਿੰਦੀ ਕੋਲ ਆ ਜਾ, ਮਰ ਜਾਣਿਆ, ਨਾਨਕ ਚੰਦ ਹੈ, ਬਹੁਤ ਭਾਗਾਂ ਤੇ ਕਰਮਾਂ ਵਾਲਾ ਬੱਚਾ ਹੈ, ਕਰ ਲੈ ਦਦਾਰੇ। ਸਿਖਾ ਦਿੰਦੀ ਹੈ ਮਾਂ, ਭਾਗਾਂ ਵਾਲੇ ਬਾਪੇ ਸਿਖਾਉਂਦੇ ਨੇ ਕਿਵੇਂ ਦੂਜਿਆਂ ਨੂੰ ਬੁਲਾਉਣਾ, ਕਿਵੇਂ ਸਤਿਕਾਰ ਕਰਨਾ ਹੈ। ਇਹ ਸੰਸਕਾਰ ਨੇ, ਕਈ ਬੱਚੇ ਆਪਣੀ ਆਪ 'ਚ ਰਹਿੰਦੇ ਨੇ, ਨਾ ਭਾਈ ਤੇਰੇ ਬੱਚੇ ਤੇਰੇ ਵੱਡਿਆਂ ਦੇ ਸੰਸਕਾਰਾਂ ਦਾ ਪਤਾ ਲੱਗਦਾ ਵੀ ਕਿੱਦਾਂ ਦੇ ਨੇ। ਝੁੱਕ, ਵੱਡਿਆਂ ਦਾ ਸਤਿਕਾਰ ਕਰ, ਤੂੰ ਕਰੇਂਗਾ ਤੇਰਾ ਹੋਏਗਾ, ਹੱਥ ਨੂੰ ਹੱਥ ਹੈ। ਹੁਣ ਮਾਲਕ ਨੇ ਐਂ ਕੋਲ ਰੱਖਿਆ ਹੱਥ ਖੱਬਾ, ਮਾਂ ਕੀ ਨਾਂ ਹੈ? ਮਾਂ ਕਹਿੰਦੀ ਮਰ ਜਾਣਾ। ਮਹਾਰਾਜ ਕਹਿੰਦੇ ਨਾ ਕੀ? ਮਰ ਜਾਣਾ। ਮਹਾਰਾਜ ਕਹਿੰਦੇ ਮਰਦਾ ਨਾ, ਇਹ ਨਹੀਂ ਕਦੇ ਵੀ ਮਰਦਾ, ਮਾਈ ਦਾ ਨਾਂ ਹੈ ਲੱਖੋ। ਹੁਣ ਇਹਦਾ ਪਿਤਾ ਇਹ ਵੀ ਘਰਾਂ ਦੇ ਵਿੱਚ ਲੋਕਾਂ ਦੇ ਵਿਆਹਾਂ 'ਚ ਸ਼ਾਦੀਆਂ 'ਚ ਰਬਾਬ ਦੀ ਸੰਗੀਤ ਦੀ ਧੁਨ ਛੇੜਦਾ ਹੈ, ਜੋ ਮਾਇਆ ਮਿਲਦੀ ਹੈ ਘਰ ਦਾ ਖਰਚ ਚੱਲਦਾ ਹੈ। ਇਹਨਾਂ ਦੇ ਘਰੇ ਗੁਰੂ ਨਾਨਕ ਮਹਾਰਾਜ ਵਿਹੜੇ 'ਚ ਬੈਠੇ ਨੇ ਤੇ ਮਰਦਾਨੇ ਦਾ ਬਾਪੂ ਵੀ ਆ ਗਿਆ। ਜਦੋਂ ਇਹਨੇ ਦੇਖਿਆ ਗੁਰੂ ਨਾਨਕ ਆਏ ਨੇ, ਕਹਿੰਦਾ ਮੈਂ ਤਾਂ ਲੱਭਦਾ ਸੀ, ਲੱਭਦਾ, ਮੈਨੂੰ ਪਤਾ ਸੀ ਸਤਿਗੁਰ ਆਵਣਗੇ। ਕਾਲ ਸਤਿਗੁਰ ਆਵਣਗੇ ਫੇਰਾ ਪਾਵਣਗੇ ਕਰ ਮੇਰੇ ਜੀ ਮੈਂ ਸਤ ਕੇ ਜਾਮਾ ਉਸ ਵੇਲੇ ਜੀ
ਸਤਿਗੁਰ ਆਵਣ ਗੇ ਫੇਰਾ ਪਾਵਣ ਗੇ ਘਰ ਮੇਰੇ ਜੀ ਮੈਂ ਸਦਕੇ ਜਾਵਾਂ ਉਸ ਸਤਿਗੁਰ ਆਵਣ ਆਵਣ ਗੇ ਕਰ ਜੀ ਮੈਂ ਸਦਕੇ ਜਾਵਾਂ ਉਸ ਵੇਲੇ ਜੀ ਮੈਂ ਸਦਕੇ ਜਾਵਾਂ ਉਸ ਸਤਿਗੁਰ ਆਵਣ ਗੇ ਫੇਰਾ ਪਾਵਣ ਗੇ ਘਰ ਮੇਰੇ ਜੀ ਮੈਂ ਸਦਕੇ ਜਾਵਾਂ ਉਸ ਵੇਲੇ ਜੀ ਮੈਂ ਸਦ ਦੇਖੇ ਸਾਰੇ ਮਹਿਮਾ ਤੇਰੇ ਦਰ ਦੀ ਸਾਈਆਂ ਗਾਉਂਦੇ ਮੈਂ ਵੇਖੇ ਸਾਰੇ ਸੁਣਿਆ ਤੇਰੇ ਦਰ ਤੋਂ ਸਾਈਆਂ ਡੁੱਬਦਿਆਂ ਨੂੰ ਮਿਲਣ ਸਹਾਰੇ ਸੁਣਿਆ ਤੇਰੇ ਦਰ ਤੋਂ ਸਾਈਆਂ ਡੁੱਬਦਿਆਂ ਨੂੰ ਮਿਲਣ ਸਹਾਰੇ ਸੁਣਿਆ ਤੇਰੇ ਦਰ ਤੋਂ ਸਾਈਆਂ ਡੁੱਬਦਿਆਂ ਨੂੰ ਮਿਲਣ ਬਖਸ਼ੋ ਮੇਰੀਆਂ ਜੋ ਫੁੱਲਾਂ ਬਖਸ਼ੋ ਮੇਰੀਆਂ ਜੋ ਫੁੱਲਾਂ ਮੈਨੂੰ ਨੇ ਡੰਗ ਦੀਆਂ ਲੇਖਾਂ ਵਿੱਚ ਲਿਖ ਦਿਓ ਮੇਰੇ ਲੇਖਾਂ ਵਿੱਚ ਲਿਖ ਦਿਓ ਮੇਰੇ ਘੜੀਆਂ ਸਤ ਸੰਗ ਦੀਆਂ ਲੇਖਾਂ ਵਿੱਚ ਲਿਖ ਦਿਓ ਮੇਰੇ ਘੜੀਆਂ ਸਤ ਸੰਗ ਦੀਆਂ ਲੇਖਾਂ ਵਿੱਚ ਲਿਖ ਦਿਓ ਮੇਰੇ ਘੜੀਆਂ ਲੇਖਾਂ ਵਿੱਚ ਲਿਖ ਦਿਓ ਮੇਰੇ ਘੜੀਆਂ ਸਤ ਸੰਗ ਦੀਆਂ ਲੇਖਾਂ ਵਿੱਚ ਲਿਖ ਦਿਓ ਮੇਰੇ ਮਰਦਾਨੇ ਦੇ ਪਰਿਵਾਰ ਨੂੰ ਚਾ ਚੜਿਆ ਪਿਆ ਭਾਈ ਬਦਰਾ ਅਰਦਾਸਾਂ ਕਰਦਾ ਅਰਦਾਸਾਂ ਸੱਚੇ ਪਾਤਸ਼ਾਹ ਐਹੀ ਰੋਜ਼ ਚਰਨ ਪਾ ਦਿਆ ਕਰੋ ਮਹਾਰਾਜ ਵਿਹੜੇ 'ਚ ਬੈਠੇ ਨੇ ਸੰਗੀ ਸਾਥੀਆਂ ਦੀ ਟੋਲੀ ਨਾਲ ਹੈ ਮਹਾਰਾਜ ਨੇ ਸ਼ੁਰੂ ਕਰਤਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਹੁਣ ਜਿਹਨਾਂ ਘਰਾਂ 'ਚ ਵਾਹਿਗੁਰੂ ਦਾ ਨਾਮ ਹੈ ਜਸ ਹੈ ਉੱਥੇ ਭਾਈ ਦੁੱਖ ਤਕਲੀਫਾਂ ਕਿੱਥੇ ਉੱਥੇ ਤਾਂ ਖੁਸ਼ੀਆਂ ਨੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਬੇਬੇ ਤੇਰਾ ਪੁੱਤ ਅੱਜ ਤੋਂ ਨਹੀਂ ਵਹਿਮ ਛੱਡ ਦੇ ਵੀ ਮਰੂਗਾ ਮੈਂ ਬੈਠਾ
ਜੇ ਤੁਸੀਂ ਗਰੰਟੀ ਦਿੰਦੇ ਹੋ ਨਾਨਕ ਚੰਦ ਜੀ, ਫਿਰ ਤਾਂ ਰੱਬ ਦੀ ਗਰੰਟੀ ਦੀ ਵੀ ਲੋੜ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੇਬੇ ਸ਼ਰਤ ਹੈ ਇੱਕ, ਬੇਬੇ ਕਹਿੰਦੀ ਜੋ ਮਰਜ਼ੀ ਸ਼ਰਤ ਹੈ, ਮੇਰੇ ਪੁੱਤ ਦੀ ਉਮਰ ਵਧਾ ਦੇ ਬਸ। 5 ਸਾਲ ਦੇ ਨੇ ਮਹਾਰਾਜ, ਉਮਰ ਵਧਾ ਦੇ ਮੇਰੇ ਪੁੱਤ ਦੀ। ਮਹਾਰਾਜ ਕਹਿੰਦੇ ਬੇਬੇ ਇਹਨੂੰ ਕਹਿ ਦੇ ਮੇਰੇ ਨਾਲ ਯਾਰੀ ਪਾ ਲੈ, ਮੇਰੇ ਨਾਲ ਮਿੱਤਰਤਾ ਪਾ ਲੈ, ਮੈਂ ਇਹਨੂੰ ਮਰਨ ਨਹੀਂ ਦੇਊਂਗਾ, ਨਾ ਉਹ ਮਰੇ ਨਾ ਠਾਕੇ ਜਾਹੇ, ਅਮਰ ਕਰ ਦੂੰ ਸਦਾ ਲਈ, ਦੁਨੀਆਂ ਪੂਜਿਆ ਕਰੂਗੀ। ਸ਼ਰਤ ਇਹ ਆ ਵੀ ਮੈਨੂੰ ਛੱਡੇ ਨਾ, ਮੈਂ ਜਿਹਨੂੰ ਪਕੜ ਲੈਂਦਾ ਮੈਂ ਤਾਂ ਛੱਡਦਾ ਹੀ ਨਹੀਂ, ਗੁਰੂ ਥੋੜ੍ਹੀ ਛੱਡਦਾ ਆਪਾਂ ਨੂੰ। ਮਹਾਰਾਜ ਕਹਿੰਦਾ ਕਿਰਪਾਨ ਕੱਢ ਦੇ, ਮਹਾਰਾਜ ਕਹਿੰਦਾ ਵੀ ਅੰਮ੍ਰਿਤ ਛੱਡ ਦੇ, ਮਹਾਰਾਜ ਤਾਂ ਕਹਿੰਦਾ ਆ, ਮਹਾਰਾਜ ਤਾਂ ਕਹਿੰਦਾ ਅੱਧੀ ਰਾਤ ਨੂੰ ਆ, ਜਦੋਂ ਤੇਰਾ ਟਾਈਮ ਹੈ ਉਦੋਂ ਆ। ਪਰ ਆ ਤਾਂ ਸਹੀ, ਆਵਾਜ਼ਾਂ ਮਾਰਦੇ ਆ ਸਤਿਗੁਰੂ, ਅਤੇ ਜਿਹੜੇ ਪ੍ਰੇਮ ਵਾਲੇ ਹੁੰਦੇ ਨੇ ਉਹ ਜਾਗ ਲੈਂਦੇ ਆ, ਫਿਰ ਭੱਜ ਲੈਂਦੇ ਨੇ ਗੁਰੂ ਵੱਲ। ਹੁਣ ਮਾਈ ਲੱਖੋ ਦੇ ਵਿਹੜੇ ਨੂੰ ਭਾਗ ਲੱਗਿਆ ਪਰਿਵਾਰ, ਕਹਿੰਦਾ ਸਾਡੀਆਂ ਜ਼ਿੰਦਗੀ ਦੀਆਂ ਘੜੀਆਂ ਆਹੀ ਅਸਲੀ ਨੇ, ਰੋਜ਼ ਆ ਜਾਇਆ ਕਰੋ ਸਾਡੇ ਵਿਹੜੇ, ਬੇਬੇ ਮੈਂ ਰੋਜ਼ ਆਇਆ ਕਰੂੰ, ਆਹ ਤੇਰਾ ਪੁੱਤ ਹੈ, ਮੇਰਾ ਮਿੱਤਰ ਬਣ ਜੇ, ਮਰਨ ਮੈਂ ਦਿੰਦਾ ਨਹੀਂ, ਛੱਡਦਾ ਵੀ ਨਹੀਂ ਮੈਂ। ਇਹਨੂੰ ਕਹਿੰਦੇ ਇਹ ਨਾ ਛੱਡੇ ਮੈਨੂੰ, ਜਿੱਦਣ ਇਹਨੇ ਛੱਡਤਾ ਲੈ ਮਰਿਆ, ਬੇਮੁੱਖ ਹੋਏ ਆਰਾਮ ਤੇ, ਵੈਸੇ ਮੈਂ ਮਰਨ ਨਹੀਂ ਦਿੰਦਾ ਸੱਜਣ ਸਹੀ ਨਾਲ, ਮੈਂ ਚੱਲਦਿਆਂ ਨਾਲ ਚਲਾਉਣਾ। ਮਰਦਾਨੇ ਨੂੰ ਇਕੱਲਾ ਮਿੱਤਰ ਨਹੀਂ ਬਣਾਇਆ, ਐਂ ਨਹੀਂ ਵੀ ਤੂੰ ਥੱਲੇ ਬਹਿ ਜਾ ਜਾਲੇ ਬਾਬਿਆਂ ਵਾਂਗੂ, ਮੈਂ ਉੱਪਰ ਬੈਠੂੰਗਾ, ਮੈਂ ਤਾਂ ਉੱਚਾ ਨਾ। ਬਾਬਾ ਕਹਿੰਦਾ ਹੈ ਭਾਈ ਮਰਦਾਨਾ, ਭਾਈ ਦਾ ਮਤਲਬ ਕੀ ਹੈ, ਭਾਈ ਸਾਹਿਬ ਵੱਡਾ ਭਰਾ, ਇੰਨਾ ਸਤਿਕਾਰ, ਤੂੰ ਮੇਰਾ ਭਰਾ ਹੈ ਮਰਦਾਨਿਆ, ਮੇਰੇ ਮਾਹੀ ਦੇ ਦੋ ਸਾਥੀ, ਇੱਕ ਸੱਜੇ ਇੱਕ ਖੱਬੇ, ਇੱਕ ਤਾਰ ਪਿਆ ਛੇੜੇ ਦੂਜੇ ਚੌਰ ਹੱਥ ਫੱਬੇ, ਇੱਕ ਗੰਗਾ ਨਹਾਉਣ ਵਾਲਾ, ਬਾਬਾ ਬਾਲਾ ਗੰਗਾ ਦਾ ਸਨਾਤਨੀ ਧਰਮ ਵਾਲਿਆਂ ਦੇ ਘਰ ਜੰਮਿਆ, ਇੱਕ ਗੰਗਾ ਨਹਾਉਣ ਵਾਲਾ, ਦੂਜਾ ਮੱਕੇ ਦਾ ਪੁਜਾਰੀ, ਮੁਸਲਮਾਨਾਂ ਦੇ ਘਰੇ ਬਾਬੇ ਮਰਦਾਨੇ ਦਾ ਜਨਮ ਹੋਇਆ, ਦੋਨੋਂ ਭਾਗਾਂ ਵਾਲੇ ਜਿਨ੍ਹਾਂ ਦੀ ਲੱਗ ਗਈ ਗੁਰੂ ਨਾਨਕ ਨਾਲ ਯਾਰੀ, ਦੋਵੇਂ ਵੱਡੇ ਭਾਗਾਂ ਵਾਲੇ ਹੋ ਗਏ। ਜਿੱਥੇ ਭਾਈ ਗੁਰਦਾਸ ਜੀ ਨੇ ਬਾਹਰ ਲਿਖੀ ਹੈ, ਮਹਾਰਾਜ ਕਹਿੰਦੇ ਇੱਕ ਬਾਬਾ ਅਕਾਲ ਰੂਪ, ਭਾਈ ਗੁਰਦਾਸ ਜੀ ਕਹਿੰਦੇ ਗੁਰੂ ਨਾਨਕ ਪਤਾ ਕੌਣ ਸੀ, ਇੱਕ ਬਾਬਾ, ਇੱਕੋ ਹੀ ਬਾਬਾ ਬਸ, ਇਹਦੇ ਵਰਗਾ ਹੋਰ ਕੋਈ ਨਹੀਂ, ਇਹੀ ਬਾਬਾ ਕੌਣ ਸੀ, ਅਕਾਲ ਰੂਪ। ਤੇ ਇੰਨਾ ਸਤਿਕਾਰ ਨਾਲ ਮਰਦਾਨੇ ਨੂੰ ਦਿੱਤਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇਹ ਜਦੋਂ ਮਹਾਰਾਜ ਬਗਦਾਦ ਗਏ ਹੈ ਨਾ, ਸੰਗੀਤ ਦੀਆਂ ਧੁਨਾਂ ਛੇੜੀਆਂ, ਰਬਾਬਾਂ ਵਜਾਤੀਆਂ, ਇਹ ਉਦੋਂ ਦਾ ਜ਼ਿਕਰ ਹੈ, ਭਾਈ ਗੁਰਦਾਸ ਜੀ ਨੇ ਬਾਹਰ ਉਚਾਰੀ ਹੈ। ਹੁਣ ਸੰਗਤ ਜੀ, ਆ ਇਸ ਵਿਹੜੇ 'ਚ, ਇਸ ਘਰ 'ਚ ਗੁਰੂ ਸਾਹਿਬ ਜੀ ਬੈਠੇ ਨੇ, ਮਹਾਰਾਜ ਕਹਿੰਦੇ ਇਹਨੂੰ ਮੈਂ ਮਰਨ ਨਹੀਂ ਦਿੰਦਾ, ਮੈਂ ਰੋਜ਼ ਤੁਹਾਡੇ ਵਿਹੜੇ ਆਊਂਗਾ, ਬਾਪੂ ਆਪਣੇ ਪੁੱਤਰ ਨੂੰ ਨਾ ਆਹ ਸਿੱਖਿਆ ਦੇ ਦੇ ਜਿਹੜੀ ਤੇਰੇ ਕੋਲ ਅਰਬਾਬ ਵਾਲੀ, ਮੈਨੂੰ ਲੋੜ ਪੈਣੀ ਹੈ, ਮੈਨੂੰ ਲੋੜ ਪੈਣੀ ਹੈ। ਗੁਰੂ ਨਾਨਕ ਸਾਹਿਬ ਨੇ ਵਚਨ ਕੀਤਾ, ਬੇਬੇ ਕਹਿੰਦੀ ਨਾਨਕ ਚੰਦ ਜੀ, ਮਾਈ ਲੱਖੋ ਕਹਿੰਦੀ ਹੈ ਜਿੰਨੀ ਉਮਰ ਤੂੰ ਇਹਨੂੰ ਦਿੱਤੀ ਨਾ ਮੇਰੇ ਪੁੱਤਰ ਨੂੰ, ਸਾਰੀ ਤੇਰੇ ਹੀ ਲੇਖੇ ਲਾਊਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਨਾ ਬੇਬੇ, ਇਹ ਤੇਰੀਆਂ ਕੁਲਾਂ ਵੀ ਚਲਾਊਗਾ, ਇਹ ਤੋਂ ਮੈਂ ਸੇਵਾ ਲੈਣੀ ਹੈ, ਤੇਰੇ ਘਰੇ ਸੰਗੀਤ ਹੈ, ਮੇਰੇ ਕੋਲ ਸ਼ਬਦ ਹੈ, ਸ਼ਬਦ ਅਤੇ ਸੁਰਤ ਜੇ ਮਿਲਾਉਣੇ ਹੋਣ, ਸੰਗੀਤ ਇੱਕ ਬਹੁਤ ਵੱਡਾ ਜ਼ਰੀਆ ਹੈ, ਆਹ ਬਾਜਾ ਹੈ, ਹਾਰਮੋਨੀਅਮ ਹੈ, ਢੋਲਕੀ ਹੈ, ਇਹੀ ਢੋਲਕੀ ਜਗਰਾਤੇ 'ਚ ਵੀ ਵੱਜਦੀ ਹੈ, ਇਹੀ ਢੋਲਕੀ
ਗਾਉਣ ਵਾਲਿਆਂ ਕੋਲ ਵੀ ਵੱਜਦੀ ਹੈ, ਇਹੀ ਢੋਲਕੀ ਦੀਵਾਨ 'ਚ ਵੀ ਵੱਜਦੀ ਹੈ। ਵਜਾਉਣ ਵਜਾਉਣ ਦਾ ਅੰਤਰ ਹੈ, ਕੋਈ ਸੰਸਾਰ ਲਈ ਵਜਾਈ ਜਾਂਦਾ, ਕੋਈ ਨੱਚਣ ਗਾਉਣ ਵਾਲਿਆਂ ਲਈ ਵਜਾਈ ਜਾਂਦਾ, ਪਰ ਭਾਗਾਂ ਵਾਲੇ ਤਾਂ ਉਹ ਨੇ ਬਾਬੇ ਮਰਦਾਨੇ ਵਰਗੇ ਜਿਹੜੇ ਗੁਰੂ ਨਾਨਕ ਲਈ ਵਜਾਉਂਦੇ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਰਦਾਨੇ ਨੂੰ ਉਮਰ ਦੇ ਤੀ ਮਹਾਰਾਜ ਨੇ, ਧੁੰਮਾਂ ਪੈ ਗਈਆਂ ਤਲਵੰਡੀ ਦੇ ਵਿੱਚ। 7 ਸਾਲ ਦੇ ਹੋਏ ਮਹਾਰਾਜ ਨੂੰ ਮੱਝੀਆਂ ਚਰਾਉਣ ਭੇਜਿਆ, ਚਲੇ ਜਾਂਦੇ ਸੀ ਮਹਾਰਾਜ। ਬਾਬੇ ਪਟਵਾਰੀ ਨੂੰ ਲੋਕ ਕਹਿੰਦੇ ਸੀ, ਪਟਵਾਰੀ ਸਾਹਿਬ ਤੇਰਾ ਪੁੱਤਰ ਸੋਹਣਾ ਵੀ ਬਹੁਤ ਹੈ, ਲਾਇਕ ਵੀ ਬਹੁਤ ਹੈ, ਕਦੇ ਝੂਠ ਵੀ ਨਹੀਂ ਬੋਲਦਾ, ਪਰ ਕਰੀਏ ਕੀ, ਜ਼ਿਆਦਾ ਸਾਊ ਹੈ, ਸਧਾਰਨ ਹੈ, ਮਸਤਾਨਾ ਦਿਵਾਨਾ ਹੈ। ਦੁਨੀਆਂ ਨੂੰ ਮਸਤਾਨੇ ਦਿਵਾਨੇ ਹੀ ਲੱਗਦੇ ਨੇ ਸਾਧੂ ਭਾਈ, ਰੰਗ ਹਸੈ ਰੰਗ ਰੋਵ ਹੈ। ਬਾਬਾ ਕਹਿੰਦਾ ਮਹਿਤਾ ਕਲਿਆਣ ਚੰਦ ਪਟਵਾਰੀ, ਕੋਈ ਗੱਲ ਨਹੀਂ, ਉਮਰ ਨਾਲ ਵੱਧ ਪੜ੍ਹਨ ਨਹੀਂ ਤੂੰ ਜਾਂਦਾ, ਕੰਮ ਜੇ ਤੈਨੂੰ ਕਿਹਾ ਸੱਚਾ ਸੌਦਾ ਕਰ। 20 ਰੁਪਈਏ ਲੈ ਗਿਆ ਸੀ ਚੂੜ ਕਾਣੇ ਦੀ ਧਰਮਸ਼ਾਲਾ ਵਿੱਚ। ਸਾਧੂ ਕਹਿੰਦੇ ਇਹ ਬਾਲਕਿਆ ਭੁੱਖ ਲੱਗੀ ਹੈ, ਪ੍ਰਸ਼ਾਦਾ ਛਕਾ ਦੇ, ਜੇ ਤੂੰ ਸਾਡੀ ਭੁੱਖ ਮਿਟਾ ਦੇਗਾ ਅਸੀਂ ਤੈਨੂੰ 70 ਗੁਣਾ ਫਲ ਦੇਵਾਂਗੇ, ਰੱਬ ਨੂੰ ਕਹਿ ਕੇ। ਜੇ ਤੂੰ 1 ਪ੍ਰਸ਼ਾਦਾ ਦਿੰਦਾ ਤੈਨੂੰ 70 ਪ੍ਰਸ਼ਾਦਿਆਂ ਦਾ ਦਾਨ। ਬਾਬਾ ਨਾਨਕ ਕਹਿੰਦਾ ਮੈਂ ਕਿਸੇ ਲਾਲਚ 'ਚ ਨਹੀਂ, ਬਸ ਬਾਪੂ ਨੇ ਭੇਜਿਆ 20 ਰੁਪਈਏ, 20 ਦਿਨਾਰ ਦਿੱਤੇ ਨੇ, ਇਹ 20 ਦਿਨਾਰਾਂ ਦਾ ਮੈਂ ਸੱਚਾ ਸੌਦਾ ਕਰਨਾ, ਮੈਨੂੰ ਨਹੀਂ ਪਤਾ ਸੱਚਾ ਸੌਦਾ ਕਿੱਦਾਂ ਹੁੰਦਾ। ਸਾਧੂ ਕਹਿੰਦੇ ਭੁੱਖੇ ਸਾਧੂਆਂ ਦੀ ਸੇਵਾ ਕਰਦੇ, ਇਹਦੇ ਉੱਤੋਂ ਸੱਚਾ ਸੌਦਾ ਕੀ ਹੋਊ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਦੇ ਉੱਪਰ ਤੋਂ ਕੀ ਸੱਚਾ ਸੌਦਾ ਹੋਊਗਾ? ਹੁਣ ਜਦੋਂ ਸੱਚ ਦਾ ਸੌਦਾ ਕੀਤਾ ਹੈ, ਬੋਲੇ ਸੋ ਨਿਹਾਲ ਸ੍ਰੀ ਅਕਾਲ। ਸੱਚ ਦਾ ਸੌਦਾ ਕੀਤਾ, ਭੁੱਖੇ ਸਾਧੂਆਂ ਨੂੰ ਲੰਗਰ ਲਾਏ, ਚੂੜ ਕਾਣੇ ਦੀ ਧਰਮਸ਼ਾਲਾ ਤੋਂ ਵਾਪਸ ਆਏ, ਬਾਪ ਨੇ ਪੁੱਤ ਜਾਣ ਕੇ ਮੁੱਖ ਤੇ ਚਪੇੜ ਮਾਰੀ। ਆਹ ਦਿਨ ਸੀ ਬੇਬੇ ਨਾਨਕੀ ਕਹਿੰਦੀ ਜਿੱਦਣ ਵਿਆਹ ਹੋ ਗਿਆ ਨਾਲੇ ਲੈ ਕੇ ਜਾਊ ਨਾਨਕ ਚੰਦ ਨੂੰ। ਆਖੋ ਸਤਨਾਮ ਸ੍ਰੀ ਵਾਹ। ਮਹਾਰਾਜ ਸੁਲਤਾਨਪੁਰ ਲੋਧੀ ਗਏ ਬੇਬੇ ਨਾਲੇ ਭਾਈਆ ਜੈ ਰਾਮ ਦੇ ਘਰੇ, ਉੱਥੇ ਹੀ ਮਹਾਰਾਜ ਨੇ ਗ੍ਰਿਸਤ ਜੀਵਨ ਆਰੰਭ ਕੀਤਾ। ਮਾਂ ਸੁਲੱਖਣੀ ਨਾਲ ਵਿਆਹ ਹੈ ਜਿਹੜਾ ਸੁਲਤਾਨਪੁਰ ਲੋਧੀ ਹੁੰਦਾ ਹੈ। ਬਾਬੇ ਨਾਨਕ ਦੀ ਹੱਟ ਖੁੱਲੀ ਹੈ ਗਰੀਬਾਂ ਲਈ, ਭਾਗ ਜਾਗ ਪਏ। ਆਓ ਕਰੀਏ ਬੇਨਤੀ, ਸਮਾਂ ਹੋਇਆ ਸਮਾਪਤੀ ਦਾ। ਸੱਚੇ ਪਾਤਸ਼ਾਹ ਸਾਡੀ ਲੱਗੀ ਹੈ ਤੇਰੇ ਨਾਲ, ਲਾ ਕੇ ਰੱਖਿਓ। ਲੱਗ ਗਈਆਂ ਜਿਹਦੀਆਂ ਦਤਾਰ ਨਾਲ ਅੱਖੀਆਂ, ਉਹ ਕਦੋਂ ਮੇਲਦੇ ਸੰਸਾਰ ਨਾਲ ਅੱਖੀਆਂ। ਮਹਾਰਾਜ ਆਪਣੇ ਬਣਾ ਲਓ ਤੁਮਰੀ ਸ਼ਰਨ ਤੁਮਾਰੀ ਆਸਾ। ਆਓ ਕਰਿਓ ਸਾਰੇ ਬੇਨਤੀ, ਕੋਈ ਰਸਨਾ ਬਾਂਝੀ ਨਾ ਰਹੇ। ਸਮਾਪਤੀ ਦਾ ਟਾਈਮ ਹੈ ਭਾਈ, ਗੁਰਪੁਰਬ ਅਜੇ ਹੈ, 2 ਘੰਟੇ ਰਹਿ ਗਏ, ਫਿਰ ਅਗਲੇ ਸਾਲ ਆਉਣਾ ਹੈ। ਮਨਾ ਲਓ ਰੱਜ ਕੇ, ਰਾਤ ਰੋਜ਼ੇ ਆਉਣੀ ਹੈ, ਰੋਜ਼ ਚਲੀ ਜਾਣੀ ਹੈ, ਪਰ ਆਹ ਜਿਹੜੀ ਅੱਜ ਵਾਲੀ ਰਾਤ ਹੈ ਭਿੰਨੀ ਰਹਿਣੜੀਏ, ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਸਾਧੂ ਜਾਗਦੇ ਹੁੰਦੇ ਨੇ, ਅੱਜ ਤੁਸੀਂ ਸਾਰੇ ਹੀ ਸੰਤ ਬਣੇ ਹੋਏ ਹੋ ਭਾਈ, ਗੁਰੂ ਨਾਨਕ ਦੀ ਗੋਦ ਵਿੱਚ ਬੈਠੇ ਹੋ। ਆਵੋ ਸੰਤ ਪਿਆਰਿਓ, ਕਾਥੇ ਕੀ ਕਰਹਿ ਕਹਾਣੀ, ਤੇ ਉਹਨਾਂ ਨੂੰ ਬੇਨਤੀ ਹੈ ਮਹਾਰਾਜ ਗੋਦ 'ਚ ਸਦਾ ਬਿਠਾ ਕੇ ਰੱਖਿਓ। ਮੇਰਾ ਸਾਥ ਨਾ ਛੱਡਿਓ ਜੀ, ਮੇਰਾ ਸਾਥ ਨਾ ਛੱਡਿਓ ਗੁਰੂ ਜੀ, ਮੈਂ ਲਾੜ ਫੜਿਆ ਤੇਰਾ। ਮੇਰਾ ਸਾਥ ਨਾ ਛੱਡਿਓ
ਗੁਰੂ ਜੀ ਮੈਂ ਲੜ ਫੜਿਆ ਤੇਰਾ ਮੇਰਾ ਸਾਥ ਨਾ ਛੱਡਿਓ ਜੀ ਗੁਰੂ ਜੀ ਮੈਂ ਲੜ ਫੜਿਆ ਤੇਰਾ ਮੇਰਾ ਸਾਥ ਨਾ ਛੱਡਿਓ ਜੀ ਗੁਰੂ ਜੀ ਮੈਂ ਲੜ ਫੜਿਆ ਤੇਰਾ ਮੇਰਾ ਸਾਥ ਨਾ ਛੱਡਿਓ ਗੁਰੂ ਜੀ ਮੈਂ ਲੜ ਫੜਿਆ ਤੇਰਾ ਮੇਰਾ ਸਾਥ ਨਾ ਛੱਡਿਓ ਜੀ ਗੁਰੂ ਜੀ ਮੈਂ ਲੜ ਫੜਿਆ ਤੇਰਾ ਮੇਰਾ ਸਾਥ ਨਾ ਛੱਡਿਓ ਮੇਰਾ ਸਾਥ ਨਾ ਛੱਡਿਓ ਮੈਂ ਦਰ ਤੇ ਆਇਆ ਹਾਂ ਗੁਰੂ ਜੀ ਸੇਵਕ ਸਮਝੋ ਆਪਣਾ ਗੁਰੂ ਜੀ ਮੈਨੂੰ ਸੇਵਕ ਸਮਝੋ ਆਪਣਾ ਮੈਂ ਦਰ ਤੇ ਆਇਆ ਹਾਂ ਗੁਰੂ ਜੀ ਸੇਵਕ ਸਮਝੋ ਆਪਣਾ ਗੁਰੂ ਜੀ ਮੈਨੂੰ ਸੇਵਕ ਸਮਝੋ ਆਪਣਾ ਮੈਂ ਦਰ ਤੇ ਆਇਆ ਸਮਝੋ ਆਪਣਾ ਧੰਨ ਭਾਗ ਜੋ ਮੇਰੇ ਨੇ ਧੰਨ ਭਾਗ ਜੋ ਮੇਰੇ ਨੇ ਗੁਰੂ ਜੀ ਮੈਂ ਲੜ ਫੜ ਲਿਆ ਤੇਰਾ ਸਾਥ ਨਾ ਛੱਡਿਓ ਜੀ ਗੁਰੂ ਜੀ ਮੈਂ ਲੜ ਫੜਿਆ ਤੇਰਾ ਮੇਰਾ ਸਾਥ ਨਾ ਛੱਡਿਓ ਜੀ ਗੁਰੂ ਜੀ ਮੈਂ ਲੜ ਫੜਿਆ ਤੇਰਾ ਬਾਦ ਕਿਤੇ ਹੋਰ ਨਹੀਂ ਜਾਣਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਾਰੀ ਆਸਾ ਆਪਾਂ ਵੀ ਕਹਿ ਦਈਏ ਧੰਨ ਗੁਰੂ ਨਾਨਕ ਪਾਤਸ਼ਾਹ ਕਿਤੇ ਸਾਡੀ ਜ਼ਿੰਦਗੀ 'ਚ ਵੀ ਇੰਨਾ ਵਿਸ਼ਵਾਸ ਆ ਜੇ ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ ਭਾਵੇਂ ਹੋਵੇ ਗਰੀਬੀ ਭਾਵੇਂ ਹੋਵੇ ਅਮੀਰੀ ਆਪਣੇ ਦਰ ਤੋਂ ਕਿਸੇ ਹੋਰ ਦਰ ਦਾ ਮੁਹਤਾਜ ਨਾ ਬਣਾਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਾਇਆ ਬਿਨਾਂ ਵੀ ਸਰਜੂ ਇੱਥੋਂ ਤੱਕ ਹੈ ਸਰੀਰ ਬਿਨਾਂ ਵੀ ਸਰਜੂ ਗੁਰੂ ਦੀ ਮੱਤ ਬਿਨਾਂ ਨਹੀਂ ਸਰਨਾ ਤੁਮਰੀ ਸ਼ਰਨ ਤੁਮਾਰੀ ਆਸਾ ਆਓ ਸਾਰੀਆਂ ਸੰਗਤਾਂ ਨੂੰ ਜਿੱਥੇ ਲੱਖ ਲੱਖ ਵਧਾਈਆਂ ਨੇ ਉੱਥੇ ਬੇਨਤੀ ਹੈ ਗੁਰੂ ਨਾਨਕ ਸਾਹਿਬ ਜੀ ਦੀ ਹੱਟ ਖੁੱਲ੍ਹੀ ਹੈ ਸੌਦਾ ਲੈ ਕੇ ਜਾਇਓ ਬਾਬਾ 13-13 ਤੋਲਦਾ ਬੈਠਾ ਕਿਹਨਾਂ ਦੀ ਝੋਲੀਆਂ ਭਰਦਾ ਹੈ ਜਿਹੜੇ ਭਾਵਨਾ ਦੀ ਝੋਲੀ ਬਣਾ ਲੈਂਦੇ ਭੁੱਖੇ ਭਗਤ ਨਾ ਕੀਜੈ ਯਹ ਮਾਲਾ ਆਪਣੀ ਲੀਜੈ ਹਉ ਮੰਗੂ ਸੰਤਨ ਰੇਨਾ ਮੈਂ ਨਹੀਂ ਕਿਸੇ ਕਾ ਦੇਣਾ ਜਿਹੜਾ ਸਾਧੂਆਂ ਦੀ ਰੇਣ ਹੋ ਕੇ ਮੰਗੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਾਰੇ ਖਜ਼ਾਨੇ ਤੇਰੇ ਲਈ ਨੇ ਜਿੰਨਾ ਮਰਜ਼ੀ ਲੁੱਟ ਲੈ ਵਾਹ ਭਰੇ ਪਏ ਨੇ ਖਜ਼ਾਨੇ ਸੱਚੇ ਸਾਹਿਬ ਦੇ ਨੀਮਾ ਹੋ ਕੇ ਲੁੱਟ ਲੈ ਮਨਾ ਉਹ ਮਨਾ ਕਿਤੇ ਨੀਮਾ ਹੋ ਕੇ ਤੂੰ ਵੀ ਲੁੱਟ ਲੈ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਗੁਣ ਚੰਗਿਆਈਆਂ ਅੱਜ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਇੱਥੇ ਨਹੀਂ ਥਾਂ ਥਾਂ 'ਤੇ ਇੱਥੇ ਤਾਂ ਭਾਈ ਰੋਜ਼ੇ ਆਗਮਨ ਹੈ ਇੱਥੇ ਰੋਜ਼ੇ ਜੋੜ ਮੇਲੇ ਇੱਦਾਂ ਹੀ ਬਾਬਾ ਹਨੂੰਮਾਨ ਸਿੰਘ ਜੀ ਦੇ ਘਰ ਦਿਨ ਰਾਤ ਮੇਲੇ ਲੱਗਦੇ ਨੇ ਆਓ ਸਮਾਂ ਹੋਇਆ 10:30 ਹੋ ਜਾਣਗੇ ਭਾਈ ਸਮਾਪਤੀ ਕਰਦਿਆਂ ਨੂੰ ਕਰਿਓ ਇੰਨੀ ਕੁ ਹਾਜ਼ਰੀ ਪ੍ਰਵਾਨ ਬਹੁਤ ਪਿਆਰ ਮਿਲਦਾ ਸੰਗਤਾਂ ਤੋਂ ਗੁਰੂ ਕੇ ਵਜ਼ੀਰਾਂ ਤੋਂ ਗ੍ਰੰਥੀ ਸਿੰਘਾਂ ਤੋਂ ਸਾਰੇ ਸੇਵਾਦਾਰਾਂ ਤੋਂ ਅਨਿਅੰਗ ਸਿੰਘ ਫੌਜਾਂ ਅੰਮ੍ਰਿਤ ਵੇਲੇ ਹੈ ਆਨੰਦ ਛਾਇਆ ਹੁੰਦਾ ਹੈ
ਇੱਧਰ ਨੂੰ ਜਾਈਦਾ, ਇੱਧਰੋਂ ਫਤਿਹ, ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੂਹ ਖੁਸ਼ ਹੋ ਜਾਂਦੀ ਹੈ। ਅੰਮ੍ਰਿਤ ਵੇਲਾ ਹੋਵੇ, ਘਰੋਂ ਉੱਠ ਕੇ ਆਈਏ, ਅੱਗੇ ਕਹਿਣ ਵਾਲਾ ਕੋਈ ਕਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਰੂਹ ਦੇ ਵਿੱਚ એનર્ਜੀ ਕਿਉਂ ਨਹੀਂ ਆਊਗੀ ਬਈ। ਤੁਮਰੀ ਸ਼ਰਨ ਤੁਮਾਰੀ ਆਸਾ, ਇਹਨਾਂ ਸਾਰਿਆਂ ਦਾ ਧੰਨਵਾਦ ਹੈ। ਅੱਜ ਇੰਨੇ ਨੌਜਵਾਨ ਸੇਵਾ ਵਿੱਚ ਲੱਗਦੇ ਨੇ ਭਾਈ, ਇਹਨਾਂ ਦੀ ਅਰਦਾਸ ਹੈ ਮਹਾਰਾਜ ਇਹਨਾਂ ਨੂੰ ਬਾਣੀ ਬਾਣੇ ਨਾਲ ਸਦਾ ਜੋੜ ਕੇ ਰੱਖਿਓ। ਪ੍ਰਬੰਧਕ ਜਨਾਂ ਦਾ ਧੰਨਵਾਦ, ਗੁਰੂ ਘਰ ਦੇ ਮੁੱਖ ਗ੍ਰੰਥੀ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਗੋਗੀ ਸਤਿਕਾਰ ਕਰਕੇ ਗਏ ਨੇ, ਪ੍ਰਬੰਧਕ ਜਨਾਂ ਵੱਲੋਂ ਧੰਨਵਾਦ ਹੈ ਇਹਨਾਂ ਦਾ। ਸਾਰੀ ਮੈਨੇਜਮੈਂਟ ਦਾ ਧੰਨਵਾਦ ਹੈ। ਬਾਬਾ ਹਨੂੰਮਾਨ ਸਿੰਘ ਜੀ ਦਾ ਤਾਂ ਮੈਂ ਰਿਣੀ ਹੋਵਾਂ ਸਦਾ ਹੀ, ਸਾਂ ਸਾਂ ਧੰਨਵਾਦ ਕਰੀਦਾ ਤਾਂ ਹਰ ਇੱਕ ਸਾਂ। ਬਾਬਾ ਹਨੂੰਮਾਨ ਸਿੰਘ ਜੀ ਤੁਸੀਂ ਹੋ ਸਾਡੇ ਸਿਰ ਦੇ ਤਾਜ ਬਾਬਾ ਜੀ। ਕਿਸੇ ਲਈ ਬਾਬਾ ਜੀ ਕੁਛ ਨੇ, ਕਿਸੇ ਲਈ ਕੁਛ ਨੇ, ਮੇਰੇ ਵਰਗੇ ਗਰੀਬਾਂ ਲਈ ਤਾਂ ਸਿਰ ਦਾ ਤਾਜ। ਤੁਸੀਂ ਹੋ ਸਾਡੇ ਸਿਰ ਦੇ ਤਾਜ ਬਾਬਾ, ਸਦਾ ਰੱਖਿਓ ਗਰੀਬੜੇ ਦੀ ਲਾਜ ਬਾਬਾ, ਸਦਾ ਹੀ ਰੱਖਿਓ ਮਹਾਰਾਜ। ਆਓ ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਾਰੀ ਆਸਾ। ਆ ਕੱਲਾ ਸੁਹਾਣਾ ਨਹੀਂ, ਹੁਣ ਤਾਂ ਉਹ ਡੇਰਾ ਬਸੀ ਤੱਕ ਚਲੇ ਜਾਓ ਭਾਈ, ਆਉਂਦੀ ਹੈ ਨਾ ਸੰਗਤ ਸਿੱਧੀ, ਉਹ ਇੱਥੋਂ ਗੱਡੀ 'ਚ ਬੈਠੋ ਸਿੱਧੇ ਡੇਰਾ ਬਸੀ, ਡੇਰਾ ਬਸੀ ਤੋਂ ਇੱਥੇ ਦਿੱਲੀ ਤੱਕ ਨਹੀਂ ਪਤਾ ਲੱਗਿਆ ਕਰਨਗਾ ਕਿਹੜੇ ਰੋਡ 'ਤੇ ਬਾਬਾ ਜੀ ਦਾ ਸਥਾਨ ਆਇਆ। ਅਗਲਾ ਕਹਿੰਦਾ ਏਅਰਪੋਰਟ ਰੋਡ 'ਤੇ ਹੈ, ਮੈਂ ਕਿਹਾ ਉਹ ਏਅਰਪੋਰਟ ਦੁਨੀਆ ਵਾਲਾ ਹੈ, ਬਾਬਾ ਹਨੂੰਮਾਨ ਸਿੰਘ ਜੀ ਦਾ ਜਿਹੜਾ ਘਰ ਹੈ ਸੱਚਖੰਡ ਦਾ ਏਅਰਪੋਰਟ ਹੈ, ਸੱਚਖੰਡ ਦੀਆਂ ਟਿਕਟਾਂ ਮਿਲਦੀਆਂ ਨੇ ਸੱਚਖੰਡ ਦੀਆਂ। ਕਦੇ ਦੇਖਿਓ ਅੰਮ੍ਰਿਤ ਵੇਲੇ ਆ ਕੇ ਜਿਹੜੇ ਆਉਂਦੇ ਨੇ ਉਹਨਾਂ ਨੂੰ ਪੁੱਛ ਕੇ ਦੇਖਿਓ ਕੀ ਆਨੰਦ ਹੁੰਦਾ ਹੈ। ਮੈਨੂੰ ਕਈ ਮਾਵਾਂ ਭੈਣਾਂ, ਬਾਬਾ ਜੀ ਕਹਿ ਦਿਆ ਕਰੋ ਬੱਚਿਆਂ ਨੂੰ ਸਾਜਰੇ ਆ ਜਾਣਾ, ਅਸੀਂ ਵੀ ਪੈਣਾ ਹੁੰਦਾ, ਉੱਠਣਾ ਵੀ ਹੁੰਦਾ। ਮੈਂ ਕਿਹਾ ਬੇਬੇ ਕਿਹਨੂੰ ਕਹਾਂ, ਖੁਦ ਅਸੀਂ ਗੁਰਦੁਆਰੇ ਚਲੇ ਜਾਈਏ ਨਾ ਸਿੰਘ ਸ਼ਹੀਦਾਂ, ਘਰ ਨੂੰ ਨਹੀਂ ਜਾਣ ਨੂੰ ਮਨ ਕਰਦਾ, ਇਹ ਜਗ੍ਹਾ ਹੀ ਐਸੀ ਹੈ ਸੱਚਖੰਡ ਵਸੈ ਨਿਰੰਕਾਰ। ਸਾਰੇ ਅਰਦਾਸ ਕਰਕੇ ਜਾਇਓ ਮਹਾਰਾਜ, ਰਹਿੰਦੀ ਜ਼ਿੰਦਗੀ ਤੁਹਾਡੇ ਚਰਨਾਂ 'ਚ ਲੱਗ ਜਾਏ। ਇਹ ਨਹੀਂ ਵੀ 60 ਸਾਲ ਚਾਹੀਦੀ ਹੈ, 100 ਸਾਲ ਚਾਹੀਦੀ ਹੈ, ਅੱਜ ਦੀ ਰਾਤ ਵੀ ਨਹੀਂ ਚਾਹੀਦੀ, ਬਸ ਇੱਥੇ ਹੀ ਸਮਾਪਤੀ ਕਰਾ ਦੀ। ਪਰ ਰੱਖੀ ਆਪਣੇ ਬਿਰਧ ਬਾਣੇ ਦੀ ਲਾਜ, ਬਾਣੀ ਬਾਣੇ 'ਚ ਰੱਖੀ, ਕੱਲ੍ਹ ਨਹੀਂ ਅੱਜੇ ਲੈ ਚੱਲ, ਆਪਾਂ ਕਰਾਉਣਾ ਕੀ ਹੈ ਜ਼ਿੰਦਗੀ 'ਚ, ਠੀਕਰ ਹੈ ਫੁੱਟ ਜੂਗਾ ਤੇਰੇ 'ਚ ਮਿਲ ਜਾਂਗੇ, ਮਿਲਾਉਣਾ ਤੁਸੀਂ ਹੈ। ਤੁਮਰੀ ਸ਼ਰਨ ਤੁਮਾਰੀ ਆਸਾ, ਜਦੋਂ ਤੁਸੀਂ ਭਰੋਸਾ ਰੱਖਦੇ ਹੋ ਨਾ ਫਿਰ ਮਾਂ ਬਾਪ ਆਪਣੇ ਬੱਚਿਆਂ ਲਈ ਮਾੜਾ ਨਹੀਂ ਕਰਿਆ ਕਰਦੇ। ਬਾਬੇ ਮਹਿਤੇ ਕਲਿਆਣ ਚੰਦ ਪਟਵਾਰੀ ਨੇ ਜੇ ਬਾਪੂ ਨਾਨਕ ਦੇ ਮੁੱਖ 'ਤੇ ਚਪੇੜ ਮਾਰੀ ਸੀ, ਉਹ ਵੀ ਕੋਈ ਰਾਜ ਸੀ, ਮੇਰਾ ਪੁੱਤਰ ਕੁਛ ਬਣ ਜੇ, ਲੋਕ ਮਸਤਾਨਾ ਦਵਾਨਾ ਕਹਿੰਦੇ ਨੇ, ਪਰ ਉਹ ਜਾਣਦੇ ਨਹੀਂ ਸੀ ਇਹ ਆਪ ਰੱਬ ਹੈ, ਆਪ ਨਾਰਾਇਣ ਕਲਾ ਧਾਰ। ਸਾਰੀ ਸੰਗਤਾਂ ਨੂੰ ਲੱਖ 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 ਵਧਾਈਆਂ। ਆਓ ਭਗਤ ਆਸਾ ਰਾਮ ਜੀ ਆਪਣੇ ਅਖਾੜੇ 'ਚ ਗੁਰੂ ਨਾਨਕ ਦੀ ਉਪਮਾ ਕਰਦੇ ਹੁੰਦੇ ਸੀ, ਉਹ ਧਾਰਨਾ ਪੜ੍ਹ ਕੇ ਆਪਾਂ ਫਿਰ ਆਨੰਦ ਸਾਹਿਬ ਦਾ ਜਾਪ ਕਰਾਂਗੇ, ਗੁਰੂ ਚਰਨਾਂ 'ਚ ਅਰਦਾਸ ਹੋਏਗੀ। ਸੰਗਤ ਤਾਂ ਦੇਖੋ ਭਾਈ ਦਰਬਾਰ ਭਰਿਆ ਬੈਠਾ ਹੈ, ਹਾਲੇ ਵੀ ਸੰਗਤਾਂ ਦਾ ਆ ਰਹੀਆਂ ਨੇ ਸੰਗਤਾਂ, ਸਮਾਪਤੀ ਦਾ ਕੋਈ ਇਹ ਨਹੀਂ, ਪਰ ਇੱਥੇ ਭਾਈ ਦਿਨ ਰਾਤ ਮੇਲੇ ਲੱਗਦੇ ਨੇ, ਫਿਰ ਦਰਬਾਰ ਗੁਰੂ ਕੇ ਵਜ਼ੀਰਾਂ ਨੇ ਸੁਗਾਸਣਾਂ ਦੀ ਸੇਵਾ, ਫਿਰ ਅੰਮ੍ਰਿਤ ਵੇਲੇ ਤੋਂ ਲੱਗ ਜਾਣਾ ਉਹਨਾਂ ਨੇ 1:30 ਵਜੇ ਤੋਂ, ਉਹਨਾਂ ਦੀ ਡਿਊਟੀਆਂ ਨੇ। ਸੋ ਆਓ, ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ, ਆਪ ਜੀ ਇਸ ਸਮੇਂ ਤੱਕ ਲਾਹਾ ਲੈ ਰਹੇ ਹੋ, ਸਾਰੀ ਸੰਗਤ ਨੂੰ ਲੱਖ ਲੱਖ ਵਧਾਈ। ਭਗਤ ਆਸਾ ਰਾਮ ਜੀ ਪੜ੍ਹਿਆ ਕਰਦੇ, ਪੜ੍ਹਿਓ, ਧੰਨ ਗੁਰੂ ਨਾਨਕ ਸਾਹਿਬ ਜੀ, ਤੁਹਾਨੂੰ ਸਦਾ ਹੀ ਸਦਾ ਬੰਦਨਾ ਹੈ ਮੇਰੀ, ਤੁਮਰੀ ਸ਼ਰਨ ਤੁਮਾਰੀ ਆਸਾ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਕਰਿਓ ਸਾਰੇ ਬੰਦਨਾ। ਪਹਿਲੀ ਬੰਦਨਾ ਮੇਰੀ ਸਤਿਗੁਰੂ ਨਾਨਕ ਦੇਵ ਨੂੰ, ਪਹਿਲੀ ਬੰਦਨਾ ਮੇਰੀ
ਸਤਿਗੁਰੂ ਨਾਨਕ ਦੇਵ ਨੂੰ ਪਹਿਲੀ ਵੰਦਨਾ ਮੇਰੀ ਸਤਿਗੁਰੂ ਨਾਨਕ ਦੇਵ ਨੂੰ ਪਹਿਲੀ ਵੰਦਨਾ ਮੇਰੀ ਸਤਿਗੁਰੂ ਨਾਨਕ ਦੇਵ ਨੂੰ ਪਹਿਲੀ ਵੰਦਨਾ ਮੇਰੀ ਸਤਿਗੁਰੂ ਨਾਨਕ ਦੇਵ ਨੂੰ ਪਹਿਲੀ ਵੰਦਨਾ ਮੇਰੀ ਸਤਿਗੁਰੂ ਨਾਨਕ ਦੇਵ ਨੂੰ ਪਹਿਲੀ ਵੰਦਨਾ ਮੇਰੀ ਸਤਿਗੁਰੂ ਨਾਨਕ ਦੇਵ ਨੂੰ ਪਹਿਲੀ ਵੰਦਨਾ ਮੇਰੀ ਸਤਿਗੁਰ ਨਾਨਕ ਦੇਵ ਨੂੰ ਪਹਿਲੀ ਵੰਦਨਾ ਮੇਰੀ ਸਤਿਗੁਰੂ ਨਾਨਕ ਪਹਿਲੀ ਵੰਦਨਾ ਮੇਰੀ ਸਤਿਗੁਰੂ ਨਾਨਕ ਦੇਵ ਨੂੰ ਸਰਗੁਣ ਰੂਪ ਧਾਰ ਕੇ ਆਪ ਦੁਨੀਆ ਤੇ ਆਏ 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 ਘਰ ਘਰ ਦਾਰੂ ਵੰਡਦਾ ਫਿਰਦਾ ਪੱਟਿਆਂ ਰੋਗੀਆਂ ਨੂੰ ਘਰ ਘਰ ਦਾਰੂ ਵੰਡਦਾ ਫਿਰਦਾ ਵੱਡਿਆਂ 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 ਰੋਗੀਆਂ ਨੂੰ ਕੋਟੇ ਰਾਕਸ਼ ਵਰਗੇ ਘਰ ਘਰ ਜਾ ਕੇ ਤਾਰੇ ਕੋਟੇ ਰਾਕਸ਼ ਵਰਗੇ ਘਰ ਘਰ ਜਾ ਕੇ ਤਾਰੇ ਕੋਟੇ ਰਾਕਸ਼ ਵਰਗੇ ਘਰ ਘਰ ਜਾ ਕੇ ਤਾਰੇ ਕੋਟੇ ਰਾਕਸ਼ ਵਰਗੇ ਘਰ ਘਰ ਜਾ ਕੇ ਕੋਟੇ ਰਾਕਸ਼ ਵਰਗੇ ਘਰ ਘਰ ਜਾ ਕੇ ਤਾਰੇ ਕੋਟੇ ਰਾਕਸ਼ ਵਰਗੇ ਘਰ ਘਰ ਜਾ ਕੇ ਤਾਰੇ ਆ ਭਾਈ ਮਰਦਾਨੇ ਦੀ ਰਬਾਬ ਭਗਵਾਨ ਕ੍ਰਿਸ਼ਨ ਦੀ ਬੰਸਰੀ ਕਿਸੇ ਪੂਰਨ ਕਮਾਈ ਵਾਲੇ ਸਾਧੂ ਦਾ ਕੋਈ ਸਾਜ ਅਤੇ ਭਗਤ ਆਸਾ ਰਾਮ ਜੀ ਦੀ ਬੋਲੀ ਸਾਡੇ ਪੁਆਧੀ ਗਾਇਕ ਬੜਾ ਸਤਿਕਾਰ ਮਾਣਿਆ ਜਾਂਦਾ ਇਹਨਾਂ ਨੂੰ ਉਹ ਕਹਿੰਦੇ ਮੈਂ ਉਸ ਗੁਰੂ ਨਾਨਕ ਨੂੰ ਵੰਦਨਾ ਕਰਦਾ ਜਿਹਨੇ ਦੁਨੀਆਂ 'ਤੇ ਆ ਕੇ
ਸਰਗਣ ਰੂਪ ਧਾਰ ਕੇ ਵੱਡੇ ਵੱਡੇ ਪਾਪੀ ਤਾਰੇ। ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ। ਭਗਤਾ ਸਾਹਿਬ ਰਾਮ ਜੀ ਦੀ ਉਹੀ ਬੋਲੀ ਤੇ ਆਪਾਂ ਧਾਰਨਾ, ਜਿਨ੍ਹਾਂ ਮਾਨਸਾਂ ਤੋਂ ਦੇਵ ਤੇ ਬਣਾਏ ਜਾਵਾ ਬਲਿਹਾਰ ਗੁਰਾਂ ਤੋਂ, ਜਿਨ੍ਹਾਂ ਮਾਨਸਾਂ ਤੋਂ ਦੇਵ ਤੇ ਬਣਾਏ ਜਾਵਾ ਬਲਿਹਾਰ ਗੁਰਾਂ ਤੋਂ, ਬਲਿਹਾਰ ਗੁਰਾਂ ਤੋਂ, ਜਿਨ੍ਹਾਂ ਮਾਨਸਾਂ ਤੋਂ ਦੇਵ ਤੇ ਬਣਾਏ ਜਾਵਾ ਬਲਿਹਾਰ ਗੁਰਾਂ ਤੋਂ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ, ਹੋ ਜਗ ਚਾਨਣ ਹੋਇਆ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ, ਮਿੱਟੀ ਧੁੰਦ ਜਗ ਚਾਨਣ ਹੋਇਆ, ਸਤਿਗੁਰੂ ਨਾਨਕ ਪ੍ਰਗਟਿਆ, ਸਤਿਗੁਰੂ ਨਾਨਕ ਪ੍ਰਗਟਿਆ, ਸਤਿਗੁਰੂ ਨਾਨਕ ਪ੍ਰਗਟਿਆ, ਸਤਿਗੁਰੂ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ ਜੀ, ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰੂ ਨਾਨਕ ਪ੍ਰਗਟਿਆ। ਬਾਬਾ ਮਿੱਟੀ ਧੁੰਦ ਜਗ ਚਾਨਣ ਹੋਆ, ਧੁੰਦ ਜਗ ਚਾਨਣ ਹੋਆ, ਮਿੱਟੀ 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 ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ, ਜੋ ਕਰ ਸੂਰਜ ਨਿਕਲਿਆ, ਜੋ ਕਰ ਸੂਰਜ ਨਿਕਲਿਆ, ਜਿਉਂ ਕਰ ਸੂਰਜ ਨਿਕਲਿਆ, ਸੂਰਜ ਨਿਕਲਿਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛੱਪੇ ਅੰਧੇਰ ਪਲੋਆ, ਛੱਪੇ ਅੰਧੇਰ ਪਲੋਆ, ਤਾਰੇ ਛੱਪੇ ਅੰਧੇਰ ਪਲੋਆ, ਛੱਪੇ ਅੰਧੇਰ ਪਲੋਆ, ਤਾਰੇ ਛੱਪੇ ਅੰਧੇਰ ਪਲੋਆ, ਤਾਰੇ ਛੱਪੇ ਅੰਧੇਰ ਪਲੋਆ, ਸਤਿਗੁਰੂ ਨਾਨਕ ਪ੍ਰਗਟਿਆ ਜੀ, ਸਤਿਗੁਰੂ ਨਾਨਕ ਪ੍ਰ
ਪਾਰ ਗੱਟਿਆ ਜੀ, ਸਤਿਗੁਰ ਨਾਨਕ ਪਾਰ ਗੱਟਿਆ, ਗੁਰੂ ਨਾਨਕ ਪਾਰ ਗੱਟਿਆ, ਸਤਿਗੁਰ ਨਾਨਕ ਪਾਰ ਗੱਟਿਆ, ਘਰ ਬੇਦੀਆਂ ਦੇ ਪਾਰ ਗੱਟ ਹੋ ਗਿਆ, ਪੁੰਨਿਆਂ ਦਾ ਚੰਨ ਬਣ ਬਣ ਕੇ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, ਸਿੱਖਣ ਕੋ ਸੁਖ ਦੇ ਜੈ ਤੈ ਪਏ ਸਹਾਏ, ਹਰ ਮਨ ਤਨ ਬਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ, ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀਂ ਨਾ ਜਾਈ, ਹਾਂ ਕੁਰਬਾਨੇ ਜਾਓ ਮਿਹਰਬਾਨਾ, ਹਾਂ ਕੁਰਬਾਨੇ ਜਾਓ ਤਿਨਾਂ ਕੇ ਲੈਣ ਜੋ ਤੇਰਾ ਨਾਉ, ਆਓ ਪਿਆਰ ਦੇ ਨਾਲ ਇਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰ, ਸਾਰੀਆਂ ਸੰਗਤਾਂ ਦਾ ਧੰਨਵਾਦ, ਸਰਬੱਤ ਨੂੰ ਲੱਖ ਲੱਖ ਵਧਾਈਆਂ, ਆਪਾਂ ਰਲ ਮਿਲ ਕੇ ਆਨੰਦ ਸਾਹਿਬ ਦਾ ਜਾਪ ਕਰਾਂਗੇ, ਥੋੜ੍ਹਾ ਜਿਹਾ ਟਾਈਮ ਹੋਰ ਬਹਿ ਜਾਓ ਜਿੱਥੇ ਇੰਨਾ ਸਮਾਂ ਬੈਠੇ ਹੋ, ਸਮਾਪਤੀ ਦੀ ਅਰਦਾਸ 'ਤੇ ਸਾਰੇ ਦਿਨ ਦੀ ਹਾਜ਼ਰੀ ਲੱਗ ਜਾਂਦੀ ਹੈ ਭਾਈ, ਆਨੰਦ ਸਾਹਿਬ ਵਿੱਚ ਬੋਲ ਕੇ ਤੁਹਾਡੀ ਸਭ ਦੀ ਹਾਜ਼ਰੀ, ਦਾਸਾਂ ਦੀ ਹਾਜ਼ਰੀ, ਗੁਰੂ ਨਾਨਕ ਪਾਤਸ਼ਾਹ ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਪ੍ਰਵਾਨ ਕਰਿਓ, ਤੁਮਰੀ ਸ਼ਰਨ ਤੁਮਾਰੀ ਆਸਾ, ਅੱਜ ਚਾਹੇ ਇੰਨਾ ਹੈ ਸਤਿਗੁਰੂ ਨਾਨਕ ਪ੍ਰਗਟਿਆ, ਡੇਰਾ ਬਸੀ ਦੀਵਾਨ ਸੀ ਭਾਈ ਉੱਥੇ ਨੇੜੇ ਅਮਰਾਲਾ ਪਿੰਡ ਹੈ, ਉਹ ਕਹਿੰਦੇ ਜੀ 5 ਦਿਨ ਬਾਬਾ ਜੀ ਦੀਵਾਨ 'ਤੇ ਆਓ ਤੁਸੀਂ ਰੋਜ਼, ਅਤੇ ਸਾਨੂੰ ਗੁਰੂ ਨਾਨਕ ਦੇ ਸਾਰੇ ਜੀਵਨ ਬਾਰੇ ਦੱਸੋ, ਮੈਂ ਕਿਹਾ ਸਾਰੀ ਦੁਨੀਆ ਖੋਜ ਕਰਨ ਲੱਗ ਜੇ ਗੁਰੂ ਨਾਨਕ ਦਾ ਸਾਰਾ ਜੀਵਨ ਨਹੀਂ ਗਾ ਸਕਦੀ ਭਾਈ, ਆਪ ਨਾਰਾਇਣ ਕਲਾਤਾਰ ਉਹ ਤਾਂ ਰੱਬ ਹੈ, 5 ਦਿਨਾਂ ਦੀ ਗੱਲ ਕਰਦੇ ਹੋ, ਸਾਰੀ ਜ਼ਿੰਦਗੀ 100 ਜਨਮ ਲੈ ਕੇ ਗਾ ਲਈਏ, ਬਸ ਹਾਂ ਇੰਨਾ ਕੁ ਜ਼ਰੂਰ ਹੈ ਉਹਨਾਂ ਦੇ ਜਨਮ ਦੀ ਗੱਲ ਕਰ ਲੈਂਦੇ ਹਾਂ, ਉਪਮਾ ਹੋ ਜਾਂਦੀ ਹੈ ਥੋੜ੍ਹਾ।